ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੇ ਨਿਤ ਨਿਤਿਆਮ ਹਿਰਦੇ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਬਿਨਨ ਕੇ ਨਾਸ਼ ਬਿਬਿਨਨ ਕੇ ਨਾਸ਼ ਸ਼੍ਰੀ ਹਰ ਗੋਬਿੰਦ ਸ਼ੁਭ ਮਾਤਾ ਸ਼੍ਰੀ ਹਰਿ ਰਾਮ ਨਮੋ ਕਰ ਜੋਤਿ ਨਮੋ ਕਰ ਜੋਤਿ ਸ਼੍ਰੀ ਹਰਿ ਕ੍ਰਿਸ਼ਨ ਮਨਾਵਹੁ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਧਰੋ ਤਰਾ ਤਾਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਪਾਰ ਪਾਰ ਜਗਦੀਸ਼ ਜਹਿ ਮੈਂ ਅੰਮ੍ਰਿਤ ਗਿਆਨ ਹੈ ਮਾਨਸ ਭਗਤ ਰਾਮ ਸ਼੍ਰੀ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਮ ਏਕੰਕਾਰ ਸਤ ਤੇ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਜੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਸਤਿਗੁਰ ਬੋਲੇ ਮਤ ਧੀਰ ਨਾਮ ਰੂਪ ਇਹ ਧਰਮ ਸਰੀਰ ਇਸ ਮਹਿ ਕਾਰਨ ਰੱਖਿਓ ਜੋਏ ਨਿਰਨਕਾਰ ਪੱਖ ਹੈ ਸੁਣ ਸੋਏ ਸੁਣ ਸਤਿਗੁਰ ਬੋਲੇ ਮਤ ਧੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬੇ ਕਮਾਲ ਵਾਲੀਏ ਕੁਲ ਆਲਮ ਰਹਿ ਪਰੇ ਕਾਇਨਾਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਅਪਾਰ ਕਿਰਪਾ ਦੇ ਸਦਕਾ ਸਤਿਗੁਰ ਜੀ ਦੀ ਮਿਹਰਾਮਤ ਦੇ ਸਦਕਾ ਗੁਰਦੁਆਰਾ
ਸ਼ਹੀਦ ਸਿੰਘਾਂ ਸਾਹਿਬ ਦੇ ਅੰਦਰ ਆਪ ਸੰਗਤ ਗੁਰੂ ਮਾਲਕ ਜੀ ਦੀ ਕਿਰਪਾ ਦੇ ਸਦਕਾ ਸਤਿਗੁਰ ਜੀ ਦੀ ਮਿਰਾਮਤ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਮਾਲਕ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਕਿਰਪਾ ਕਰ ਸਤਿਗੁਰ ਆਪ ਸਭਨਾਂ ਸਿਰ ਤੇ ਮੇਰ ਭਰਿਆ ਹੱਥ ਰੱਖੇ। ਮਾਲਕ ਜੀ ਆਪ ਸਭਨਾਂ ਦੀ ਹਾਜ਼ਰੀ ਨੂੰ ਆਪਣੇ ਚਰਨਾਂ ਕਮਲਾਂ ਪਾਸ ਪ੍ਰਵਾਨ ਕਰੇ। ਗੁਰੂ ਮਾਲਕ ਜੀ ਦੀ ਮਿਰਾਮਤ ਦੇ ਸਦਕਾ ਜੋ ਨਿਤਾ ਪ੍ਰਤੀ ਇਤਿਹਾਸ ਦੀ ਵਿਚਾਰ ਦੇ ਨਾਲ ਆਪ ਸੰਗਤ ਜੁੜਨਾ ਕਰਦੇ ਹੋ, ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਜਿਹੜਾ ਪ੍ਰਸੰਗ ਹੈ ਉਹ ਆਪ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹੋ। ਕਿਸ ਤਰ੍ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰਦੇ ਨੇ, ਕਿੱਦਾਂ ਮਾਤਾ ਗੁਜਰ ਕੌਰ ਜੀ ਦੇ ਅੰਦਰ ਇੱਕ ਖਿਆਲ, ਮਾਤਾ ਗੁਜਰੀ ਜੀ ਦੇ ਅੰਦਰ ਖਿਆਲ ਪੈਦਾ ਹੁੰਦਾ ਆਪਣੇ ਪੁੱਤਰ ਸਤਿਗੁਰ ਗੁਰੂ ਗੋਬਿੰਦ ਸਿੰਘ ਮਾਲਕ ਜੀ ਨੂੰ ਦੱਸਿਆ, ਫਿਰ ਕਿੱਦਾਂ ਇੱਕ ਸਿੱਖ ਗੁਰੂ ਮਾਲਕ ਜੀ ਦਾ ਹਾਲ ਜਾਣਨ ਵਾਸਤੇ ਆਨੰਦਪੁਰ ਸਾਹਿਬ ਨੂੰ ਤੁਰਦਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਾਸਤੇ ਇੱਕ ਪਿੰਜਰਾ ਤਿਆਰ ਕੀਤਾ ਹੈ, ਜਿਸ ਪਿੰਜਰੇ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਇਹਨਾਂ ਨੇ ਕੈਦ ਕੀਤਾ ਹੈ। ਜਦੋਂ ਪਿੰਜਰੇ ਦੇ ਵਿੱਚ ਦੋਗਾ ਦੇਖਦਾ ਕਿ ਸਤਿਗੁਰੂ ਜੀ ਦਾ ਸਰੀਰ ਸਰੂਪ ਨਜ਼ਰ ਨਹੀਂ ਆਉਂਦਾ, ਗੁਰੂ ਮਾਲਕ ਜੀ ਦੀ ਇੱਕ ਕਰਾਮਾਤ ਦੇਖ ਕੇ, ਸਤਿਗੁਰੂ ਜੀ ਦਾ ਇੱਕ ਕੌਤਕ ਦੇਖ ਕੇ ਸਤਿਗੁਰ ਦਾ ਮੁਰੀਦ ਬਣਦਾ, ਉਹਨੂੰ ਸਮਝ ਆਉਂਦੀ ਹੈ ਕਿ ਅਸੀਂ ਇਸ ਪਿੰਜਰੇ ਵਿੱਚ ਕਿਹਨੂੰ ਕੈਦ ਕੀਤਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਉੱਥੇ ਦੇ ਸਿਪਾਹੀ, ਉੱਥੇ ਦੇ ਦਰੋਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਇਹ ਕਹਿੰਦੇ ਆ ਕਿ ਤੁਸੀਂ ਇਹ ਧਰਮ ਛੱਡੋ, ਨਾ ਤੁਹਾਡਾ ਕੋਈ ਜਨੇਊ ਦੇ ਨਾਲ, ਨਾ ਤੁਹਾਡਾ ਕੋਈ ਧੋਤੀ ਦੇ ਨਾਲ, ਨਾ ਤੁਹਾਡਾ ਕੋਈ ਮੰਦਰ ਦੇ ਨਾਲ ਸੰਬੰਧ ਹੈ, ਕਿ ਤੁਸੀਂ ਆਪਣੇ ਪ੍ਰਾਣ ਕਿਉਂ ਨਿਸ਼ਾਵਰ ਕਰਨ ਲੱਗੇ ਹੋ, ਤੁਸੀਂ ਕਿਉਂ ਕੁਰਬਾਨੀ ਦੇਣ ਲੱਗੇ ਹੋ, ਇੱਕ ਨਵਾਂ ਤੁਹਾਨੂੰ ਜੀਵਨ ਦੇਵਾਂਗੇ, ਉਸ ਜੀਵਨ ਦੇ ਆਧਾਰ ਆਪਣਾ ਤੁਸੀਂ ਜ਼ਿੰਦਗੀ ਬਤੀਤ ਕਰੋ, ਐਵੇਂ ਕਿਉਂ ਤੁਸੀਂ ਆਪਣੇ ਪ੍ਰਾਣ ਨਿਸ਼ਾਵਰ ਕਰਨ ਲੱਗੇ ਹੋ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਮ ਦੀ ਉਹਨਾਂ ਨੇ ਮਹਿਮਾ ਪੁੱਛੀ ਕਿ ਨਾਮ ਤੁਹਾਡਾ ਤੇਗ ਬਹਾਦਰ ਹੈ, ਪਰ ਸਾਨੂੰ ਇਹ ਦੱਸੋ ਕਿ ਇਸ ਨਾਮ ਦੀ ਮਹਿਮਾ ਕੀ ਹੈ, ਇਸ ਨਾਮ ਦੀ ਵਡਿਆਈ ਕੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਮ ਦੀ ਮਹਿਮਾ ਪੁੱਛਣ ਵਾਸਤੇ ਔਰੰਗਜ਼ੇਬ ਨੇ ਆਪਣੇ ਦਰੋਗਿਆਂ ਨੂੰ, ਆਪਣੇ ਸਿਪਾਹੀਆਂ ਨੂੰ ਜਿਹੜੇ ਉੱਥੇ ਦੇ ਕਾਜ਼ੀ ਮੁੰਨੇ ਨੇ, ਉਹਨਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਭੇਜਿਆ ਕਿ ਨਾਮ ਦੀ ਵਡਿਆਈ ਦੱਸੋ, ਇਹ ਨਾਮ ਤੇਗ ਬਹਾਦਰ ਕਿਉਂ ਰੱਖਿਆ ਹੋਇਆ, ਕੀ ਵਡਿਆਈ ਗਏ ਨੇ ਨਾਮ। ਸੋ ਗੁਰੂ ਮਾਲਕ ਜੀ ਨਾਮ ਦੀ ਵਡਿਆਈ ਦੱਸਦੇ ਹੋਏ ਇਹ ਗੱਲ ਕਹਿੰਦੇ ਆ ਕਿ ਯਾਦ ਰੱਖਿਓ ਤੁਸੀਂ ਸ਼ਹੀਦ ਕਰਨਾ ਹੈ ਮੈਨੂੰ, ਪਰ ਤੁਸੀਂ ਇਹ ਗੱਲ ਚੇਤੇ ਰੱਖਿਓ ਕਿ ਤੁਸੀਂ ਕੋਈ ਵੀ ਤਲਵਾਰ ਲੈ ਕੇ ਆਇਓ, ਉਹ ਤਲਵਾਰ ਤੁਹਾਡੀ ਜਿੰਨੀ ਮਰਜ਼ੀ ਤਿੱਖੀ ਹੋਵੇ ਪਰ ਉਹ ਇੱਕ ਛੋਟੇ ਜਿਹੇ ਕਾਗਜ਼ ਨੂੰ ਵੀ ਕੱਟ ਨਹੀਂ ਸਕਦੀ।
ਇੱਕ ਕੱਚੇ ਤੋਂ ਕੱਚੇ ਧਾਗੇ ਨੂੰ ਵੀ ਉਹ ਤੋੜ ਨਹੀਂ ਸਕਦੀ। ਜਦੋਂ ਇਹ ਗੱਲ ਜਾ ਕੇ ਉੱਥੇ ਦੇ ਅਹਿਲਕਾਰਾਂ ਨੇ ਔਰੰਗਜ਼ੇਬ ਨੂੰ ਦੱਸੀ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹ ਗੱਲ ਆਖੀ ਹੈ। ਉਸ ਤੋਂ ਬਾਅਦ ਔਰੰਗਜ਼ੇਬ ਆਪਣੇ ਅਹਿਲਕਾਰਾਂ ਨੂੰ ਕੀ ਆਖਦਾ ਹੈ, ਅਗਲਾ ਜਿਹੜਾ ਪ੍ਰਸੰਗ ਆਓ ਉਹ ਪ੍ਰਸੰਗ ਸਰਵਣ ਕਰੀਏ, ਅਰਦਾਸ ਕਰੀਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਚ, ਸਤਿਗੁਰ ਆਪ ਗੁਰੂ ਗ੍ਰੰਥ ਸਾਹਿਬ ਵੱਲ ਕਿਰਪਾ ਕਰਨ, ਸਿਰ ਤੇ ਮੀਰ ਭਰਿਆ ਹੱਥ ਰੱਖਣ, ਆਪਣੇ ਘਰ ਦੀ ਸੇਵਾ ਆਪ ਕਰਵਾਉਣ। ਇੱਕ ਵਾਰੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਫਤਿਹ ਬੁਲਾ ਦਈਏ ਜੀ, ਪਿਆਰ ਤੇ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣ ਸਤਿਗੁਰ ਬੋਲੇ ਮਤ ਧੀਰ, ਨਾਮ ਰੂਪ ਇਹ ਧਰਮ ਸਰੀਰ। ਗੁਰੂ ਮਾਲਕ ਜੀ ਬੋਲੇ ਕਿ ਮੇਰੇ ਨਾਮ ਦੀ ਜਿਹੜੀ ਤੁਸੀਂ ਮਹਿਮਾ ਪੁੱਛਦੇ ਪਏ ਹੋ, ਇਸ ਨਾਮ ਦੀ ਮਹਿਮਾ ਬਹੁਤ ਵੱਡੀ, ਇਸ ਨਾਮ ਦੇ ਅੰਦਰ ਬਹੁਤ ਵੱਡਾ ਧੀਰਜ ਹੈ, ਇਸ ਨਾਮ ਦੇ ਅੰਦਰ ਬਹੁਤ ਵੱਡੀ ਵਡਿਆਈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨਾਂ ਅਹਿਲਕਾਰਾਂ ਨੂੰ ਇਹ ਗੱਲ ਆਖੀ ਜੀ, ਇਸ ਮਹਿ ਕਾਰਨ ਰਾਖਿਓ ਜੋਏ, ਨਿਰਣੈ ਕਰ ਭਾਖੈ ਸੁਣ ਸੋਏ। ਗੁਰੂ ਮਾਲਕ ਜੀ ਕਹਿੰਦੇ ਜੋ ਇਸ ਨਾਮ ਦੇ ਅੰਦਰ ਵਡਿਆਈ ਹੈ, ਉਸ ਨਾਮ ਦੇ ਅੰਦਰ ਕਰਾਮਾਤ ਹੈ, ਆਓ ਮੈਂ ਤੁਹਾਨੂੰ ਦੱਸਾਂ ਇਸ ਨਾਮ ਦੇ ਅੰਦਰ ਕੀ ਕਰਾਮਾਤ ਹੈ ਜੀ। ਤੇਗ ਪੁਲਾਦੀ ਆਦਿ ਹਲੱਬੀ, ਜਾਤ ਅਨੇਕਣ ਕੇਰ ਜੁਨੱਬੀ। ਯਾਦ ਰੱਖਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਖਦੇ ਨੇ ਕਿ ਮੇਰਾ ਨਾਮ ਤੇਗ ਬਹਾਦਰ ਹੈ। ਸੱਚਾਈ ਸੰਗਤ ਜੀ ਇਹ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਾਮ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਦੋਂ ਰੱਖਿਆ ਸੀ ਜਦੋਂ ਸਤਿਗੁਰ ਜੀ ਨੇ ਕਰਤਾਰਪੁਰ ਸਾਹਿਬ ਦੇ ਅੰਦਰ ਤੇਗ ਦੇ ਜੋਹਰ ਦਿਖਾਏ। ਮੇਰੇ ਮਾਲਕ ਨੇ ਆਖਿਆ ਕਿ ਵਾਹ ਪੁੱਤਰ, ਤੇਰੇ ਹੱਥ ਦੇ ਵਿੱਚ ਅੱਜ ਜਿਹੜੀ ਤੇਗ ਚੱਲੀ ਹੈ ਨਾ, ਤੇ ਮੇਰਾ ਮਨ ਕਰਦਾ ਕਿ ਤੇਰਾ ਨਾਮ ਮੈਂ ਤੇਗ ਬਹਾਦਰ ਤੋਂ ਤੇਗ ਤਿਆਗ ਮਲ ਤੋਂ ਤੇਗ ਬਹਾਦਰ ਰੱਖਦੇ ਆ, ਕਿਉਂਕਿ ਸਤਿਗੁਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪ ਮਾਲਕ ਮੀਰੀ ਪੀਰੀ ਦੇ ਮਾਲਕ ਨੇ। ਸਤਿਗੁਰੂ ਜੀ ਨੇ ਆਪ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਨੇ, ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਾਮ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤਿਆਗ ਮਲ ਤੋਂ ਤੇਗ ਬਹਾਦਰ ਰੱਖਿਆ ਸੀ ਕਿ ਤੇਰੇ ਅੰਦਰ ਤੇਗ ਚਲਾਉਣ ਦੀ ਵੀ ਅੰਦਰ ਸਿੱਖਿਆ ਆ, ਤੇ ਕੱਲ ਕਦੇ ਲੋੜ ਪਈ ਤੂੰ ਆਪਣੇ ਪਿੰਡੇ ਦੇ ਉੱਤੇ ਤੇਗ ਸਹਿ ਵੀ ਸਕਦਾ ਹੈ, ਪਰ ਤੇਰੇ ਅੰਦਰ ਤੇ ਸੀ ਤੱਕ ਨਹੀਂ ਨਿਕਲੇਗੀ। ਇਹ ਤੇਰੇ ਨਾਮ ਦੀ ਮਹਿਮਾ, ਇਹ ਤੇਰੇ ਨਾਮ ਦੀ ਵਡਿਆਈ ਹੋਏਗੀ ਜੀ। ਕੈਸੀ ਤੀਖਣ ਹੋਏ ਬਣਾਈ, ਅਤ ਸੂਖਮ ਧਾਰਾ ਸੁਧਰਾਈ। ਇੱਕ ਗੱਲ ਯਾਦ ਰੱਖਿਓ, ਹੁਣ ਤੁਸੀਂ ਜੋ ਮਰਜ਼ੀ ਕਰਿਓ, ਤੁਸੀਂ ਮੇਰੇ ਨਾਮ ਦੀ ਮਹਿਮਾ ਜਾਣਨੀ ਚਾਹੁੰਦੇ ਹੋ ਨਾ, ਤੁਸੀਂ ਕੰਮ ਕਰੋ ਕਿ ਕੋਈ ਵੀ ਤੇਜ ਤਿੱਖੀ ਤਲਵਾਰ ਲੈ ਕੇ ਆਇਓ, ਜਿਹਦੀ ਧਾਰ ਬੜੀ ਤਿੱਖੀ ਹੋਵੇ, ਜੋ ਬਹੁਤ ਤਿੱਖੀ ਹੋਵੇ, ਜੋ ਬਹੁਤ ਤੇਜ਼ ਹੋਵੇ, ਉਹਨੂੰ ਲੈ ਕੇ ਆਇਓ, ਤੇ ਫੇਰ ਮੈਂ ਤੁਹਾਨੂੰ ਆਪਣੇ ਨਾਮ ਦੀ ਵਡਿਆਈ ਦੱਸਾਂਗਾ ਜੀ। ਅਗਰ ਤਾਹੇ ਕਹਿ ਕਾਗਦ ਧਰ ਕੇ, ਕਾਚੇ ਤਾਗੇ ਸੋਹ ਬੰਦ ਕਰਕੇ। ਤੁਸੀਂ ਤਿੱਖੀ ਤੋਂ ਤਿੱਖੀ ਤਲਵਾਰ ਲੈ ਕੇ ਆਇਓ, ਪਰ ਇਹ ਗੱਲ ਯਾਦ ਰੱਖਿਓ, ਉਹ ਤਿੱਖੀ ਤੋਂ ਤਿੱਖੀ ਤਲਵਾਰ ਨਾ ਤਾਂ ਕੱਚੇ ਧਾਗੇ ਨੂੰ ਕੱਟ ਸਕਦੀ ਹੈ, ਬੰਨ ਕੇ ਲਿਆਇਓ, ਤੇ ਨਾ ਉਸ ਤਲਵਾਰ ਦੇ ਅੰਦਰ ਏਡਾ ਜ਼ੋਰ ਏਡੀ ਤਾਕਤ ਹੋਏਗੀ ਕਿ ਉਹ ਕਿਸੇ ਕਾਗਜ਼ ਨੂੰ ਵੀ ਕੱਟ ਸਕੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਖਦੇ ਆ, ਨਾਮ ਦੀ ਮਹਿਮਾ ਜਾਣਨੀ ਆ, ਨਾਮ ਦੀ ਵਡਿਆਈ ਜਾਣਨੀ ਆ, ਧਾਗੇ ਨਾਲ ਕੱਚੇ ਨਾਲ ਬੰਨ ਕੇ ਲਿਆਇਓ, ਤੇਗ ਤਿੱਖੀ ਕਰਕੇ ਲੈ ਕੇ ਆਇਓ, ਧਾਰ ਲਵਾ ਕੇ ਲੈ ਕੇ ਆਇਓ,
ਪਰ ਉਸ ਕੋਲ ਏਡੀ ਤਾਕਤ ਨਹੀਂ ਹੋਏਗੀ ਕਿ ਉਹ ਇੱਕ ਕਾਗਜ਼ ਨੂੰ ਵੀ ਕੱਟ ਸਕੇ ਜੀ। ਹੋਹੇ ਸਬਿੰਦਿਅਕ ਬੜ ਬਲਵਾਰਾ, ਹਮਰੇ ਤਨ ਪਰ ਕਰੇ ਪਰਹਾਰਾ। ਤੁਸੀਂ ਇੱਦਾਂ ਕਰਿਓ ਕਿ ਜਾ ਕੇ ਉਸ ਤਲਵਾਰ ਨੂੰ ਲੈ ਕੇ ਆਇਓ, ਫਿਰ ਉਸ ਤਲਵਾਰ ਦੇ ਨਾਲ ਮੇਰੇ ਸਰੀਰ ਉੱਤੇ, ਮੇਰੇ ਪਿੰਡੇ ਉੱਤੇ, ਮੇਰੇ ਜਿਸਮ ਉੱਤੇ ਤੁਸੀਂ ਆ ਕੇ ਵਾਰ ਕਰਿਓ ਜੀ। ਅਪਰ ਵਾਰਤਾ ਕਹੀਏ ਕਾਂਤੇ, ਕਾਗਦ ਪੀ ਨਾ ਸਕੈ ਸ਼ਿਦ ਤਾਂਤੇ। ਗੁਰੂ ਮਾਲਕ ਜੀ ਨੇ ਜਦੋਂ ਇਹ ਗੱਲ ਕਹੀ, ਤੁਸੀਂ ਜਾਓ ਭਾਈ ਤਲਵਾਰ ਲੈ ਕੇ ਆਇਓ, ਤੂੰ ਤਲਵਾਰ ਨੂੰ ਆ ਕੇ ਪਰਖਿਓ ਤੇ ਨਾਲ ਕਾਗਜ਼ ਵੀ ਲੈ ਕੇ ਆਇਓ। ਉਸ ਤਲਵਾਰ ਨੂੰ ਆਪਾਂ ਕਾਗਜ਼ ਉੱਤੇ ਵੀ ਪਰਖ ਕੇ ਦੇਖਣਾ ਕਿ ਉਹ ਤਲਵਾਰ ਜਿਹੜੀ ਆ ਕਾਗਜ਼ ਨੂੰ ਕੱਟ ਸਕਦੀ ਹੈ ਜੀ। ਇਹ ਅਜ਼ਮਤ ਹੈ ਨਾਮ ਹਮਾਰੇ, ਕਹੇ ਜੇ ਹੋਏ ਨਾ ਪ੍ਰੀਤ ਤੁਮਾਰੇ। ਸਾਡੀ ਨਾਮ ਦੀ ਕਰਾਮਾਤ ਹੈ, ਅਜ਼ਮਤ ਹੈ, ਸਾਡੇ ਨਾਮ ਦੀ ਵਡਿਆਈ ਹੈ। ਜੇ ਤੁਸੀਂ ਇਹ ਸਭ ਕੁਝ ਦੇਖਣਾ ਆ, ਤੁਸੀਂ ਮੈਨੂੰ ਪੁੱਛਿਆ ਸੀ ਕਿ ਭਾਈ ਨਾਮ ਦੀ ਵਡਿਆਈ ਕੀ ਹੈ, ਨਾਮ ਦੀ ਕਰਾਮਾਤ ਕੀ ਹੈ, ਤੇਗ ਬਹਾਦਰ ਦਾ ਅਰਥ ਕੀ ਹੈ, ਉਹ ਤੇਗ ਬਹਾਦਰ ਨਾਮ ਰੱਖਿਆ। ਜੇ ਤੁਸੀਂ ਇਹ ਸਭ ਕੁਝ ਦੇਖਣਾ ਤੇ ਇੱਕ ਤਿੱਖੀ ਤਲਵਾਰ ਲੈ ਕੇ ਆਵੋ ਜੀ। ਤਉ ਅਜਮਾਇਸ਼ ਕਰ ਲਿਹੋ ਦੇਖ, ਕਹੇ ਸਾਚ ਸੋ ਲਿਹੋ ਪਰੇਖ। ਤੁਸੀਂ ਜਾਓ ਤਲਵਾਰ ਲੈ ਕੇ ਆਓ ਤੇ ਆ ਕੇ ਅਜਮਾਓ, ਪਰਖੋ ਜੋ ਤੁਹਾਡੇ ਮਨ ਦੇ ਸ਼ੰਕੇ ਨੇ, ਜੋ ਤੁਹਾਡੇ ਮਨ ਦੇ ਅੰਦਰ ਸਵਾਲ ਉੱਠਦੇ ਨੇ, ਉਹ ਸਾਰੇ ਸਵਾਲਾਂ ਦੇ ਤੁਹਾਨੂੰ ਜਵਾਬ ਮਿਲ ਜਾਣੇ ਆ। ਜਾਓ ਤਲਵਾਰ ਲੈ ਕੇ ਆਓ ਤੇ ਮੇਰੇ ਆ ਕੇ ਜਿਸਮ ਦੇ ਉੱਤੇ ਉਸ ਤਲਵਾਰ ਨੂੰ ਅਜਮਾਓ ਤੇ ਫਿਰ ਮੇਰੇ ਨਾਮ ਦੀ ਵਡਿਆਈ ਦੇਖਣਾ ਜੀ। ਇਹ ਜਬ ਉੱਤਰ ਗੁਰੂ ਪ੍ਰਕਾਸ਼ਾ, ਚਲਪਤ ਗਏ ਸ਼ਾਹੋ ਕੇ ਪਾਸਾ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਉੱਤਰ ਦਿੱਤਾ ਤੇ ਜਿੰਨੇ ਉੱਥੇ ਸਿਪਾਹੀ ਸਨ, ਦਰੋਗੇ ਸਨ, ਜਿਹੜੇ ਕਿ ਔਰੰਗਜ਼ੇਬ ਦੇ ਅਹਿਲਕਾਰ ਸਨ, ਉਹ ਸਾਰੇ ਜਣੇ ਇਕੱਠੇ ਹੋ ਕੇ ਸ਼ਾਹ ਕੋਲ ਚਲੇ ਗਏ, ਕਹਿੰਦਾ ਭਾਵ ਔਰੰਗਜ਼ੇਬ ਕੋਲ ਚਲੇ ਗਏ, ਜਾ ਕੇ ਔਰੰਗਜ਼ੇਬ ਨੂੰ ਦੱਸਣਗੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹ ਗੱਲਾਂ ਸਾਨੂੰ ਆਖੀਆਂ ਨੇ ਜੀ। ਕਰਾਮਾਤ ਪਹਿਲੇ ਨਹਿ ਮਾਨਤ, ਆਪਣਾ ਨਾਮ ਪਰ ਅਭੈ ਬਖਾਨਤ। ਇੱਕ ਗੱਲ ਸੱਚ ਰੱਖਿਓ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਅਸੀਂ ਕਿਸੇ ਕਰਾਮਾਤ ਨੂੰ ਨਹੀਂ ਮੰਨਦੇ ਹਾਂ। ਗੁਰੂ ਨਾਨਕ ਦੇ ਘਰ ਦੇ ਵਿੱਚ ਕਰਾਮਾਤ ਕਹਿਰ ਦਾ ਨਾਮ ਹੈ, ਅਸੀਂ ਕਿਸੇ ਕਰਾਮਾਤ ਨੂੰ ਨਹੀਂ ਮੰਨਦੇ, ਨਾ ਕਰਾਮਾਤ ਦਿਖਾਉਣ ਦੇ ਹੱਕ ਵਿੱਚ ਹੈ, ਪਰ ਤੁਸੀਂ ਮੇਰੇ ਨਾਮ ਦੀ ਵਡਿਆਈ ਪੁੱਛੀ ਗਏ, ਤੁਸੀਂ ਮੇਰੇ ਨਾਮ ਦੀ ਮਹਿਮਾ ਪੁੱਛੀ ਗਏ, ਤੁਸੀਂ ਮੇਰੇ ਨਾਮ ਦੀ ਅਜ਼ਮਤ ਪੁੱਛੀ ਗਏ, ਆਪਣੇ ਨਾਮ ਦੀ ਅਜ਼ਮਤ ਦੱਸਣ ਵਾਸਤੇ, ਆਪਣੇ ਨਾਮ ਦੀ ਮੈਂ ਵਡਿਆਈ ਦੱਸਣ ਵਾਸਤੇ ਇਹ ਕੌਤਕ ਤੁਹਾਨੂੰ ਕਰਕੇ ਦਿਖਾਵਾਂਗਾ ਜੀ। ਕਹੇ ਸੋ ਦੇਖ ਲਿਹੋ ਅਜ਼ਮਾਏ, ਤਿੱਖੀ ਤੇਗ ਕਾਗਜ਼ ਨਾ ਕਟਾਏ। ਤੁਸੀਂ ਜਾਓ ਫਿਰ ਜੇ ਦੇਖਣਾ ਚਾਹੁੰਦੇ ਹੋ, ਤੁਸੀਂ ਤਲਵਾਰ ਲੈ ਕੇ ਆਓ ਤਿੱਖੀ ਤੇਜ ਧਾਰ ਵਾਲੀ, ਪਰ ਕਰਾਮਾਤ ਇਹ ਦੇਖਿਓ ਉਹ ਤਿੱਖੀ ਤਲਵਾਰ, ਉਹ ਤੇਜ ਤਲਵਾਰ ਜਿਹਨੂੰ ਧਾਰ ਲੱਗੀ ਹੋਏਗੀ ਪਰ ਉਹ ਇੱਕ ਕਾਗਜ਼ ਨੂੰ ਵੀ ਕੱਟ ਨਹੀਂ ਸਕਦੀ। ਤੁਸੀਂ ਜਾ ਕੇ ਤਲਵਾਰ ਲੈ ਕੇ ਆਓ, ਫਿਰ ਆਪਾਂ ਉਸ ਤਲਵਾਰ ਨੂੰ ਇਸ ਕਾਗਜ਼ ਦੇ ਉੱਤੇ ਪਰਖ ਕੇ ਦੇਖਾਂਗੇ ਜੀ। ਸੁਣ ਅਵ ਰੰਗ ਕੀਮਤ ਬੜ ਤੇਗ, ਕਹਿ ਕੋਸ਼ਪ ਅਨਵਾਏ ਸਬੇਗ। ਫਿਰ ਜਿਹੜੇ ਸਾਰੇ ਜਣੇ ਜੋਣੇ ਸਨ, ਸਾਰੇ ਜੋਣੇ ਇਕੱਠੇ ਹੋ ਕੇ ਔਰੰਗਜ਼ੇਬ ਕੋਲ ਗਏ। ਔਰੰਗਜ਼ੇਬ ਨੂੰ ਜਾ ਕੇ ਉਹਨਾਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹ ਗੱਲ ਆਖੀ ਹੈ ਕਿ ਤੁਸੀਂ ਤਿੱਖੀ ਤਲਵਾਰ ਲੈ ਕੇ ਆਓ, ਉਹ ਤਿੱਖੀ ਤਲਵਾਰ ਇੱਕ ਕਾਗਜ਼ ਨੂੰ ਵੀ ਕੱਟ ਨਹੀਂ ਸਕਦੀ। ਇਹ ਮੈਂ ਕਰਾਮਾਤ ਦਿਖਾਵਾਂਗਾ, ਮੇਰੇ ਨਾਮ ਦੀ ਵਡਿਆਈ ਹੈ, ਮੇਰੇ ਨਾਮ ਦੀ ਕਰਾਮਾਤ, ਮੇਰੇ ਨਾਮ ਦੀ ਅਜ਼ਮਤ ਹੈ। ਇਹ ਗੱਲ ਜਾ ਕੇ ਜਿੰਨੇ ਸਿਪਾਹੀ ਸਨ, ਜਿੰਨੇ ਅਹਿਲਕਾਰ, ਜਿੰਨੇ ਦਰੋਗੇ ਸਨ,
ਇਕੱਠੇ ਹੋ ਕੇ ਸਾਰੇ ਔਰੰਗਜ਼ੇਬ ਕੋਲ ਚਲੇ ਗਏ ਜੀ। ਲੈ ਨਿਜ ਕਰਮ ਤੁਰਤ ਨਿਕਾਰੀ, ਅਤਿਸ਼ੈ ਖੜ ਧਾਰਾ ਸੋ ਨਿਹਾਰੀ। ਫਿਰ ਔਰੰਗਜ਼ੇਬ ਨੇ ਕੀ ਕੀਤਾ, ਆਪਣੇ ਖਜ਼ਾਨਚੀ ਨੂੰ ਹੁਕਮ ਲਾਇਆ ਕਿ ਤੂੰ ਜਲਦੀ ਤੋਂ ਜਲਦੀ ਜਾ ਤੇ ਜਾ ਕੇ ਇੱਕ ਤਿੱਖੀ ਤਲਵਾਰ ਲੈ ਕੇ ਆ। ਉਹ ਤਿੱਖੀ ਤਲਵਾਰ ਜਦੋਂ ਖਜ਼ਾਨਚੀ ਲੈਣ ਚਲਾ ਗਿਆ ਜੀ, ਉਹਨੇ ਮਿਆਨ ਦੇ ਵਿੱਚੋਂ ਤਲਵਾਰ ਕੱਢੀ ਤੇ ਉਹਨੇ ਚੈੱਕ ਕੀਤੀ, ਬੜੀ ਤੇਜ਼ ਬੜੀ ਧਾਰ ਵਾਲੀ ਇਹ ਤਲਵਾਰ ਸੀ। ਖਜ਼ਾਨਚੀ ਨੇ ਇਹ ਤਲਵਾਰ ਲਈ, ਆਪਣੇ ਹੱਥ ਦੇ ਵਿੱਚ ਪਕੜੀ ਤੇ ਆਪਣੇ ਹੱਥ ਵਿੱਚ ਤਲਵਾਰ ਪਕੜ ਕੇ ਹੁਣ ਔਰੰਗਜ਼ੇਬ ਵੱਲ ਤੁਰਿਆ ਜੀ। ਨਿਜ ਹਜ਼ੂਰ ਕਾਗਜ਼ ਕੋ ਲੈ ਕੇ, ਤਾਗੇ ਸੰਗ ਬੰਦ ਬੋ ਕਹਿ ਕੇ। ਨਾਲ ਇੱਕ ਉਹ ਕਾਗਜ਼ ਦਾ ਟੁਕੜਾ ਵੀ ਲੈ ਕੇ ਜਿਹੜਾ ਸੀ ਉਹ ਵੀ ਤੁਰ ਪਿਆ ਤੇ ਤਲਵਾਰ ਨੂੰ ਇੱਕ ਧਾਗੇ ਨਾਲ ਉਹਨੇ ਬੰਨ ਲਿਆ ਆ। ਗੁਰੂ ਮਾਲਕ ਨੇ ਕਿਹਾ ਸੀ ਤਲਵਾਰ ਕਾਗਜ਼ ਨੂੰ ਕੱਟ ਨਹੀਂ ਸਕੇਗੀ, ਕੱਚੇ ਧਾਗੇ ਨਾਲ ਬੰਨ ਦਿਓ, ਧਾਗਾ ਵੀ ਟੁੱਟੇਗਾ ਨਹੀਂ। ਗੁਰੂ ਮਾਲਕ ਜੀ ਦੇ ਇਹ ਹੁਕਮਾਂ ਨੂੰ ਮੰਨਦੇ ਹੋਏ ਜੋ ਉਹਦੇ ਮਨ ਵਿੱਚ ਸੀ, ਇੱਕ ਕਾਗਜ਼ ਤੇ ਉਹ ਧਾਗਾ ਤਲਵਾਰ ਉੱਤੇ ਬੰਨ ਕੇ ਲੈ ਤੁਰਿਆ ਜੀ। ਇੱਕ ਸੈਯਦ ਟਿਗ ਦੇਖਿਓ ਜਵਾਨ, ਬਾਹੂ ਬੜੀ ਅਦਕ ਬਲਵਾਨ। ਨਾਲ ਖੜਾ ਹੋਇਆ ਇੱਕ ਉਹਨੇ ਸੈਯਦ ਦੇਖਿਆ, ਨੌਜਵਾਨ ਵੱਡਾ ਕੱਦ ਵਾਲਾ, ਤਕੜੀਆਂ ਬਾਹਾਂ ਵਾਲਾ, ਕੋਲ ਖੜਾ ਉਹਨੇ ਸੈਯਦ ਦੇਖਿਆ ਤੇ ਉਹਦੇ ਮਨ ਦੇ ਵਿੱਚ ਬੜੇ ਖਿਆਲ ਪੈਦਾ ਹੋਏ। ਕੋਲ ਖੜੇ ਉਹਨੇ ਸੈਯਦ ਨੂੰ ਦੇਖਿਆ ਜਿਹਦੀ ਬਾਹਾਂ ਵਿੱਚ ਬੜਾ ਬਲ ਹੈ, ਬੜਾ ਲੰਬਾ ਆ, ਤਕੜਾ ਆ। ਉਸਨੇ ਨੇੜੇ ਖੜੇ ਹੋਏ ਇਸ ਸੈਯਦ ਨੂੰ ਦੇਖਿਆ ਜੀ। ਕਿਤਕ ਮੋਲਾਨੇ ਅਰ ਉਮਰਾਵ, ਕਰੇ ਸੰਗ ਦੇਖਣ ਚਿਤ ਚਾਵ। ਤੇ ਔਰੰਗਜ਼ੇਬ ਕੋਲ ਜਦੋਂ ਵਾਪਸ ਆਇਆ, ਔਰੰਗਜ਼ੇਬ ਨੇ ਕਿਹਾ ਕਿ ਜਿਹੜੇ ਵੀ ਹੋਰ ਮੁਲਾਣੇ ਨੇ, ਹੋਰ ਜਿਹੜੇ ਆਮ ਲੋਕ ਨੇ, ਜਿਹੜੇ ਵਜ਼ੀਰ ਹੈ, ਉਹ ਵੀ ਤੁਸੀਂ ਨਾਲ ਚਲੇ ਜਾਓ ਇਹਨਾਂ ਦੇ। ਇਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਜਾਣਾ, ਤਲਵਾਰ ਦੀ ਕਰਾਮਾਤ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿਖਾਉਣੀ ਹੈ। ਤੇ ਜਿੰਨੇ ਵੀ ਮੁਲਾਣੇ ਨੇ, ਜਿੰਨੇ ਵੀ ਸਿਪਾਹੀ ਨੇ, ਜਿੰਨੇ ਵੀ ਦਰੋਗੇ ਨੇ, ਹੋਰ ਜਿਹੜੇ ਲੋਕ ਸਨ ਆਲੇ ਦੁਆਲੇ ਖਲੋਤੇ ਖੜੇ ਸਨ, ਉਹ ਵੀ ਨਾਲ ਤੁਰ ਪਏ। ਉਹਨਾਂ ਦੇ ਜਿਹੜੇ ਆਪਣੇ ਹੱਥ ਦੇ ਵਿੱਚ ਤਲਵਾਰ ਕਾਗਜ਼ ਤੇ ਧਾਗਾ ਪਕੜ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਚੱਲੇ ਸੀ ਜੀ। ਸੁਣ ਕੇ ਜਿਸ ਕਿਸ ਨੇ ਨਿਜ ਕਾਨ, ਹੀਰਨ ਹੇਤ ਚੱਲੇ ਤਿਸ ਥਾਨ। ਜਿਹਦੇ ਜਿਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਰਾਮਾਤ ਦਿਖਾਉਣੀ ਹੈ, ਜਿਹਨੇ ਜਿਹਨੇ ਵੀ ਸੁਣਿਆ ਤੇ ਜਦੋਂ ਉਹ ਸਾਰੇ ਲੋਕ ਤੁਰਦੇ ਆ ਤੇ ਉਹ ਲੋਕ ਵੀ ਨਾਲ ਤੁਰ ਪਏ ਉਸ ਥਾਂ ਵੱਲ, ਜਿਸ ਥਾਂ ਦੇ ਉੱਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੈਠੇ ਆ। ਮਾਲਕ ਨੇ ਜਿੱਥੇ ਕਰਾਮਾਤ ਦਿਖਾਉਣੀ ਹੈ, ਜਿਹਦੇ ਵੀ ਕੰਨ ਵਿੱਚ ਇਹ ਆਵਾਜ਼ ਪੈਂਦੀ ਹੈ, ਉਹ ਆਵਾਜ਼ ਸੁਣ ਕੇ ਉਸ ਥਾਂ ਵੱਲ ਤੁਰਦਾ ਜੀ। ਉਹ ਤਨੂ ਰੰਗ ਇਮ ਕਰਤੋ ਭਇਓ, ਇਤ ਸਤਿਗੁਰ ਟਿਗ ਸਿੱਖ ਪਹੁੰਚਿਓ। ਇੱਧਰ ਔਰੰਗਜ਼ੇਬ ਇਹ ਤਿਆਰੀ ਕਰ ਰਿਹਾ ਹੈ ਜਾਂ ਇਹ ਕੰਮ ਕਰ ਰਿਹਾ ਹੈ, ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੈਠੇ ਨੇ ਉੱਥੇ ਇੱਕ ਸਿੱਖ ਆਇਆ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅਨੰਦਪੁਰ ਸਾਹਿਬ ਦਾ ਸਾਰਾ ਹਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦੱਸਣ ਵਾਸਤੇ ਆਇਆ। ਔਰੰਗਜ਼ੇਬ ਇੱਧਰ ਇਹ ਤਿਆਰੀ ਕਰ ਰਿਹਾ ਤੇ ਦੂਜੇ ਪਾਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮਿਲਣ ਵਾਸਤੇ ਅਨੰਦਪੁਰ ਸਾਹਿਬ ਤੋਂ ਇੱਕ ਸਿੱਖ ਪਹੁੰਚਿਆ ਜੀ। ਜਮਾਦਾਰ ਟਿਗ ਪਹੁੰਚਿਓ ਸੋਏ, ਭਾਖਿਓ ਮਿਲਣ ਗੁਰੂ ਸੰਗ ਹੋਏ। ਤੇ ਜਾ ਕੇ ਉਸ ਸਿੱਖ ਨੇ ਦਰੋਗੇ ਨੂੰ ਬੇਨਤੀ ਕੀਤੀ ਕਿ ਮੈਂ ਗੁਰੂ ਜੀ ਨੂੰ ਮਿਲਣਾ ਚਾਹੁੰਦਾ ਤੇ ਤੂੰ ਕੰਮ ਕਰ, ਗੁਰੂ ਜੀ ਨਾਲ ਮੇਰੀ ਮਿਲਣੀ ਕਰਾ, ਕੁਝ ਸਵਾਲ, ਕੁਝ ਜਵਾਬ, ਕੁਝ ਸੁਨੇਹਾ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦੇਣਾ ਚਾਹੁੰਦਾ ਆ। ਜੋ ਉਹ ਜਮਾਦਾਰ, ਜੋ ਉਹ ਦਰੋਗਾ ਆ, ਜਾ ਕੇ ਉਸ ਸਿੱਖ ਨੇ ਉਸ ਦਰੋਗੇ ਨੂੰ ਆਖਿਆ ਕਿ ਮੇਰੀ ਮਿਲਣੀ
ਮੇਰੀ ਤੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲ ਇੱਕ ਮਿਲਣੀ ਕਰਵਾ ਜੀ। ਡਰ ਤੁਰਕਣ ਤੇ ਕਰ ਔਰ ਮਾਹੀ, ਨਿਜ ਸੰਗ ਲੈ ਗਮਨਿਓ ਗੁਰ ਪਾਹੀ। ਹੁਣ ਉਹ ਜਿਹੜਾ ਦਰੋਗਾ ਉਹ ਤੁਰਕਾਂ ਤੋਂ ਵੀ ਡਰਦਾ, ਜਿਹਦੇ ਤੁਰਕ ਗੁੱਸਾ ਨਾ ਹੋਣ ਕਿ ਮੈਂ ਕਿਸੇ ਸਿੱਖ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲ ਮਿਲਾਇਆ। ਇਸ ਡਰ ਨੂੰ ਆਪਣੇ ਮਨ ਵਿੱਚ ਪੈਦਾ ਕਰਦਾ ਹੋਇਆ ਉਹ ਦਰੋਗਾ ਉਸ ਸਿੱਖ ਨੂੰ ਆਪਣੇ ਨਾਲ ਲੈ ਕੇ ਕਿ ਮੈਂ ਤੇਰੇ ਨਾਲ ਚੱਲਦਾ ਤੇ ਮੈਂ ਤੇਰੇ ਨਾਲ ਚੱਲਦਾ ਤੇ ਆਪਾਂ ਦੋਨੇ ਜਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮਿਲਦੇ ਹਾਂ ਜੀ। ਬੰਦਨ ਕਰ ਸਭ ਕਹੇ ਸੰਦੇਸ਼, ਸੁਧ ਹਿਤ ਆਇਓ ਸ਼ਿਗਰ ਵਿਸ਼ੇਸ਼। ਜਾ ਕੇ ਉਸ ਗੁਰਸਿੱਖ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬੰਦਨ ਕੀਤੀ, ਨਮਸਕਾਰ ਕੀਤੀ, ਸਿਰ ਝੁਕਾਇਆ, ਅਦਬ ਕੀਤਾ ਤੇ ਆਖਿਆ ਸਤਿਗੁਰ ਜੀ ਮੈਂ ਬੜੀ ਤੇਜ਼ੀ ਦੇ ਨਾਲ, ਬੜੀ ਕਾਹਲੀ ਦੇ ਨਾਲ, ਬੜੀ ਜਲਦੀ ਮੈਂ ਆਨੰਦਪੁਰ ਸਾਹਿਬ ਤੋਂ ਕੁਝ ਸੁਨੇਹਾ ਕੁਝ ਹਾਲ ਆਨੰਦਪੁਰ ਸਾਹਿਬ ਦਾ ਲੈ ਕੇ ਆਇਆ। ਸਤਿਗੁਰ ਮੈਂ ਆਪ ਜੀ ਦੀ ਸ਼ਰਨ ਵਿੱਚ ਪਹੁੰਚਿਆ ਜੀ। ਤਬ ਸਤਿਗੁਰ ਸਭ ਵਿਧ ਸਮਝਾਇਓ, ਅੰਤ ਸਮਾਂ ਤਨ ਕੋ ਅਬ ਆਇਓ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਸਿੱਖ ਨੂੰ ਆਏ ਨੂੰ ਦੇਖਿਆ, ਮਾਲਕ ਨੇ ਉਸ ਦੀ ਨਮਸਕਾਰ ਨੂੰ ਸਵੀਕਾਰ ਕੀਤਾ ਤੇ ਸਤਿਗੁਰ ਨੇ ਫਿਰ ਉਸ ਸਿੱਖ ਨੂੰ ਇੱਕ ਵਿਧ ਸਮਝਾਈ, ਇੱਕ ਗੱਲ ਆਖੀ ਕਿ ਸਿੱਖਾ ਹੁਣ ਇਸ ਤਨ ਦਾ ਜਿਹੜਾ ਸਮਾਂ ਹੈ ਉਹ ਬੜਾ ਨੇੜੇ ਆ ਗਿਆ ਆ, ਇਹ ਤਨ ਤਿਆਗਣ ਦਾ ਸਮਾਂ ਆ ਗਿਆ, ਇਹ ਤਨ ਨੂੰ ਹੁਣ ਲੇਖੇ ਲਾਉਣ ਦਾ ਸਮਾਂ ਆ ਗਿਆ ਆ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਸਿੱਖ ਨੂੰ ਆਖਿਆ ਕਿ ਹੁਣ ਇਹ ਤਨ ਦਾ ਜਿਹੜਾ ਛੱਡਣ ਦਾ ਵੇਲਾ ਆ ਉਹ ਬਿਲਕੁਲ ਨੇੜੇ ਆ ਗਿਆ ਜੀ। ਰਹੋ ਠੌਰ ਕਾਰਾ ਗ੍ਰਹਿ ਨੇਰੇ, ਸੀਸ ਆਏ ਝੋਰੀ ਵਿੱਚ ਤੇਰੇ। ਇੱਕ ਗੱਲ ਚੇਤੇ ਰੱਖੀ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨੂੰ ਆਖਿਆ ਕਿ ਸਿੱਖਾ ਹੁਣ ਤੂੰ ਦੂਰ ਨਹੀਂ ਜਾਣਾ, ਤੂੰ ਬਿਲਕੁਲ ਕੈਦ ਖਾਨੇ ਦੇ ਨੇੜੇ ਰਹਿਣਾ ਆ, ਉਹਦੇ ਆਸ ਪਾਸ ਘੁੰਮਣਾ ਆ ਤੇ ਜਦੋਂ ਇਹ ਮੇਰਾ ਸੀਸ ਕੱਟਣਗੇ, ਧੜ ਤੋਂ ਮੇਰਾ ਸੀਸ ਵੱਖ ਕਰਨਗੇ, ਇਹ ਜਿਹੜਾ ਮੇਰਾ ਸੀਸ ਹੈ ਇਹ ਤੇਰੀ ਝੋਲੀ ਵਿੱਚ ਆ ਜਾਏਗਾ ਤੇ ਤੂੰ ਕੈਦ ਖਾਨੇ ਤੋਂ ਦੂਰ ਨਹੀਂ ਜਾਣਾ ਆ ਤੇ ਤੂੰ ਕੈਦ ਖਾਨੇ ਦੇ ਆਸ ਪਾਸ ਰਹਿਣਾ, ਮੇਰਾ ਸੀਸ ਤੇਰੀ ਝੋਲੀ ਵਿੱਚ ਪਹੁੰਚੇਗਾ ਜੀ। ਬਿਨਾਂ ਤਰਾਸ ਬਿਨ ਬਿਲਮ ਸੁਧਾਰੋ, ਪਹੁੰਚ ਆਨੰਦਪੁਰ ਮਹਿ ਸਸਕਾਰੋ। ਕੋਈ ਮਨ ਚ ਸ਼ੰਕਾ ਨਹੀਂ ਕਰਨੀ, ਕੋਈ ਮਨ ਦੇ ਵਿੱਚ ਭੈ ਨਹੀਂ ਰੱਖਣਾ, ਕੋਈ ਡਰ ਨਹੀਂ ਰੱਖਣਾ। ਇਹ ਸੀਸ ਜਦੋਂ ਤੁਹਾਡੀ ਝੋਲੀ ਵਿੱਚ ਆਏਗਾ, ਤੁਸੀਂ ਬਿਨਾਂ ਸਮਾਂ ਖਰਾਬ ਕੀਤੇ, ਬਿਨਾਂ ਦੇਰੀ ਕੀਤੇ, ਤੁਸੀਂ ਜਲਦੀ ਤੋਂ ਜਲਦੀ ਇਸ ਨਗਰ ਤੋਂ ਬਾਹਰ ਨਿਕਲਣਾ ਆ, ਜਲਦੀ ਤੋਂ ਜਲਦੀ ਸੀਸ ਇਸ ਧਰਤੀ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਤੱਕ ਪਹੁੰਚਾਉਣਾ ਆ, ਇਹ ਹੁਣ ਤੁਹਾਡੀ ਸੇਵਾ ਆ ਤੇ ਜਦੋਂ ਤੁਸੀਂ ਇਹ ਸਾਰਾ ਸੇਵਾ ਕਰਨੀ ਹੈ ਤੇ ਯਾਦ ਰੱਖਿਓ ਤੁਸੀਂ ਬਿਲਕੁਲ ਕੈਦ ਖਾਨੇ ਦੇ ਨੇੜੇ ਰਹਿਣਾ ਤੇ ਕੈਦ ਖਾਨੇ ਦੇ ਨੇੜੇ ਰਹੋਗੇ, ਸੀਸ ਤੁਹਾਡੀ ਝੋਲੀ 'ਚ ਪਏਗਾ ਤੇ ਤੁਸੀਂ ਜਲਦੀ ਜਲਦੀ ਸੀਸ ਲੈ ਕੇ ਆਨੰਦਪੁਰ ਸਾਹਿਬ ਤੁਰ ਪੈਣਾ ਜੀ। ਭਲੇ ਸਮੇਂ ਪਹੁੰਚਿਓ ਅਬ ਆਏ, ਸੀਸ ਹਮਾਰੋ ਲੈ ਪਹੁੰਚਾਏ। ਕਮਾਲ ਦੀ ਗੱਲ ਆ, ਬੜੇ ਭਲੇ ਸਮੇਂ 'ਚ, ਬੜੇ ਚੰਗੇ ਸਮੇਂ 'ਚ ਤੁਸੀਂ ਆਨੰਦਪੁਰ ਸਾਹਿਬ ਤੋਂ ਇੱਥੇ ਆਏ ਹੋ ਤੇ ਜਦੋਂ ਤੁਹਾਨੂੰ ਸੀਸ ਮਿਲੇਗਾ ਨਾ, ਤੁਸੀਂ ਸੀਸ ਲੈ ਕੇ ਇੱਥੇ ਫਟਾਫਟ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਇਹ ਮੇਰਾ ਸੀਸ ਪਹੁੰਚਾਉਣਾ ਜੀ। ਸੁਣ ਕੇ ਜਮਾਦਾਰ ਸਿੱਖ ਦੋਹੇ, ਚੱਲਿਓ ਦ੍ਰਿਗਣ ਤੇ ਜਲ ਤਬ ਰੋਏ। ਜਿਹੜਾ ਸਿੱਖ ਸੀ ਤੇ ਨਾਲ ਉਹਦੇ ਦਰੋਗਾ ਖੜਾ ਸੀ, ਜਮਾਦਾਰ ਖਲੋਤਾ ਸੀ, ਉਹ ਦੋਨੇ ਸਿੱਖਾਂ ਨੇ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਤ ਸੁਣੀ, ਗੱਲ ਸੁਣੀ, ਉਹਨਾਂ ਦੀ ਅੱਖਾਂ ਦੇ ਵਿੱਚੋਂ ਨੀਰ ਬਹਿ ਤੁਰਿਆ ਕਿ ਮੇਰਾ ਬਾਪੂ, ਮੇਰਾ ਗੁਰੂ, ਜਦੋਂ ਸਤਿਗੁਰ ਦਾ ਸੀਸ ਮੇਰੇ ਹੱਥ 'ਚ ਆਏਗਾ ਤੇ ਕਿੱਡਾ ਮੁਸ਼ਕਿਲ ਹੋਏਗਾ ਜੀ ਸੰਗਤ ਜੀ,
ਪਰ ਸਤਿਗੁਰ ਨੇ ਉਹਨੂੰ ਸਮਝਾ ਦਿੱਤਾ ਕਿ ਇਹ ਸੀਸ ਦੀ ਸੇਵਾ ਤੁਹਾਡੇ ਹਿੱਸੇ ਹੈ, ਤੁਸੀਂ ਸੀਸ ਨੂੰ ਸਾਂਭਣਾ ਹੈ ਤੇ ਸੀਸ ਨੂੰ ਇਸ ਨਗਰ ਤੋਂ ਅਨੰਦਪੁਰ ਸਾਹਿਬ ਪਹੁੰਚਾਉਣਾ ਆ। ਇਹ ਗੱਲ ਸੁਣ ਕੇ ਦਰੋਗੇ ਤੇ ਸਿੱਖ ਦੀਆਂ ਅੱਖਾਂ ਦੇ ਵਿੱਚ ਨੀਰ ਬਹਿ ਤੁਰਿਆ ਜੀ। ਗੁਰ ਸਮਝਾਏ ਧੀਰ ਧਰੀ ਜਾਏ, ਪਰਮੇਸ਼ਰ ਕਹੁ ਸਿਮਰਨ ਕੀ ਜਾਏ। ਗੁਰੂ ਮਾਲਕ ਨੇ ਇੱਕ ਹੋਰ ਗੱਲ ਸਮਝਾਈ ਬੜੀ ਪਿਆਰੀ, ਡੋਲਣਾ ਨਹੀਂ ਹੈ, ਡਰਨਾ ਨਹੀਂ ਹੈ। ਜਦੋਂ ਤੁਹਾਡੇ ਕੋਲ ਸੀਸ ਪਹੁੰਚੇਗਾ ਨਾ, ਉਦੋਂ ਤੁਸੀਂ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਣਾ ਹੈ। ਜਦੋਂ ਸਿਮਰਨ ਕਰੋਗੇ, ਸਿਮਰਨ ਦੀ ਇੱਡੀ ਵੱਡੀ ਬਰਕਤ ਹੈ ਕਿ ਜਦੋਂ ਪਰਮੇਸ਼ਰ ਦਾ ਸਿਮਰਨ ਕਰਾਂਗੇ, ਪਰਮੇਸ਼ਰ ਆਪ ਸਾਡੇ ਕਾਰਜ ਵਿੱਚ ਸਹਾਈ ਹੋਏਗਾ। ਜੋ ਤੁਹਾਡੇ ਹਿੱਸੇ ਇਹ ਸੇਵਾ ਪਈ ਹੈ, ਇਹ ਸੇਵਾ ਤੁਹਾਡੀ ਸਿਮਰਨ ਦੀ ਬਰਕਤ ਦੇ ਨਾਲ ਜ਼ਰੂਰ ਪੂਰੀ ਹੋਵੇਗੀ ਜੀ। ਨਿਕਟ ਸੇਵ ਹਿਤ ਸਿੱਖ ਗੁਰ ਦਿੱਤਾ, ਤਿਸ ਕੋ ਧੀਰਜ ਬਹੁ ਵਿਧ ਦਿੱਤਾ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਇੱਕ ਸਿੱਖ ਸੀ ਬਾਬਾ ਗੁਰਦਿੱਤਾ ਜੀ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸੇਵਾ ਦੇ ਵਿੱਚ ਹਰ ਸਮੇਂ ਹਾਜ਼ਰ ਰਹਿੰਦਾ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਸਿੱਖ ਨੂੰ ਬੜੇ ਧੀਰਜ ਨਾਲ, ਬੜੇ ਪਿਆਰ ਨਾਲ ਕੁਝ ਸਮਝਾਉਂਦੇ ਆ ਜੀ। ਹਮਰੇ ਪਾਛੈ ਸ਼ੋਰ ਹੈ ਤੋਹੇ, ਕਰਹੋ ਤਥਾ ਜਿਮ ਔਰ ਮੈਂ ਹੋਏ। ਬਾਬਾ ਗੁਰਦਿੱਤਾ ਜੀ ਨੂੰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਕਿ ਜਦੋਂ ਸਾਡੀ ਸ਼ਹੀਦੀ ਹੋ ਗਈ ਨਾ, ਤੇ ਤੁਹਾਨੂੰ ਇਹਨਾਂ ਨੇ ਛੱਡ ਦੇਣਾ ਆ, ਤੇ ਤੁਸੀਂ ਫਿਰ ਜੋ ਤੁਹਾਡੇ ਮਨ ਵਿੱਚ ਆ ਤੁਸੀਂ ਉਹ ਕਰਿਓ, ਜਿੱਥੇ ਤੁਹਾਡਾ ਮਨ ਹੋਇਆ ਤੁਸੀਂ ਉੱਥੇ ਚਲੇ ਜਾਇਓ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਾਬਾ ਗੁਰਦਿੱਤਾ ਜੀ ਨੂੰ ਇਹ ਸਮਝਾਉਂਦੇ ਆ ਜੀ। ਬੋਲਿਓ ਹਾਥ ਜੋਰ ਮਮ ਆਸਾ, ਇਤੋ ਤਰਹੋ ਆਪ ਕੇ ਪਾਸਾ। ਪਰ ਬਾਬਾ ਗੁਰਦਿੱਤਾ ਜੀ ਨੇ ਹੱਥ ਜੋੜੇ, ਸਤਿਗੁਰ ਨਾ ਮੇਰਾ ਨਹੀਂ ਮਨ ਕਰਦਾ ਸਤਿਗੁਰ ਮੈਂ ਤੇਰੇ ਕੋਲ ਤੇ ਇੱਧਰ ਉੱਧਰੋਂ ਵਾਂ, ਸਤਿਗੁਰ ਮੇਰਾ ਨਹੀਂ ਮਨ ਕਰਦਾ ਮੈਂ ਤੈਨੂੰ ਛੱਡ ਕੇ ਜਾਵਾਂ, ਸਤਿਗੁਰ ਮੇਰਾ ਨਹੀਂ ਜਿੱਤ ਕਰਦਾ ਕਿ ਮੈਂ ਉਧਰਲੇ ਪਾਸੇ ਚਲੇ ਜਾਵਾਂ, ਨਾ ਸਤਿਗੁਰ ਮੇਰਾ ਤਾਂ ਮਨ ਇਹ ਕਰਦਾ ਕਿ ਮੈਂ ਹਮੇਸ਼ਾ ਤੇਰੇ ਕੋਲ ਰਵਾਂ, ਸਤਿਗੁਰ ਕਦੇ ਵੀ ਮੈਂ ਤੇਰੇ ਤੋਂ ਦੂਰ ਨਾ ਹੋਵਾਂ ਜੀ। ਨਹਿ ਪਾਛੇ ਮੈਂ ਜੀਵਨ ਕਰ ਹਾਂ, ਤਾਤ ਕਾਲ ਨਿਜ ਪ੍ਰਾਨਣ ਹਰ ਹਾਂ। ਬਾਬਾ ਗੁਰਦਿੱਤਾ ਜੀ ਕਹਿੰਦੇ ਸੱਚ ਪੁੱਛੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਮੇਰੇ ਮਨ ਵਿੱਚ ਪਤਾ ਕੀ ਆ ਰਿਹਾ, ਮੇਰੇ ਮਨ ਵਿੱਚ ਤਾਂ ਇਹ ਆ ਰਿਹਾ ਕਿ ਜਦੋਂ ਤੁਸੀਂ ਮੇਰੇ ਤੋਂ ਦੂਰ ਹੋਣਾ ਨਾ, ਤੁਹਾਡੀ ਸ਼ਹੀਦੀ ਹੋਣੀ ਹੈ, ਤੇ ਮੇਰਾ ਮਨ ਕਰਦਾ ਮੈਂ ਆਪਣੇ ਆਪ ਦੇ ਪ੍ਰਾਣ ਵੀ ਖਤਮ ਕਰ ਲਵਾਂ, ਮੈਂ ਤੇਰੇ ਤੋਂ ਬਿਨਾਂ ਜੀ ਨਹੀਂ ਸਕਦਾ। ਸੰਗਤ ਜੀ ਇਹ ਸਿੱਖ ਦੀ ਭਾਵਨਾ ਹੈ, ਇਹ ਸਿੱਖ ਦਾ ਪਿਆਰ ਹੈ ਗੁਰੂ ਦੇ ਨਾਲ ਜੀਣਾ ਤੇ ਗੁਰੂ ਨਾਲ ਜੀਣਾ ਆ। ਜੇ ਗੁਰੂ ਜੀਵਨ 'ਚ ਨਹੀਂ ਹੈ ਫਿਰ ਉਹ ਜੀਵਨ ਕਿਸੇ ਕੰਮ ਦਾ ਨਹੀਂ ਹੈ। ਬਾਬੇ ਫਰੀਦ ਨੇ ਬੜੀ ਸੋਹਣੀ ਗੱਲ ਆਖੀ ਹੈ ਨਾ ਕਿ ਜਿੰਨਾ ਟਾਈਮ ਸਤਿਗੁਰ ਮੈਂ ਜੀਵਾਂ ਮੈਂ ਤੇਰੇ ਦਰ ਦਾ ਹੋ ਕੇ ਜੀਵਾਂ, ਤੇ ਜਿੱਦਣ ਸਤਿਗੁਰ ਤੇਰੇ ਦਰ ਨੂੰ ਛੱਡ ਕੇ ਤੇ ਤੋਂ ਦੂਰ ਜਾਵਾਂ, ਉਸ ਜੀਵਨ ਦੀ ਮੈਨੂੰ ਲੋੜ ਕੋਈ ਨਹੀਂ, ਉਹਦੇ ਨਾਲ ਚੰਗਾ ਮੈਨੂੰ ਮੌਤ ਆ ਜਾਵੇ। ਅਸੀਂ ਪੜ੍ਹਦੇ ਹਾਂ ਨਾ ਕਿ ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ, ਮੈਨੂੰ ਮਰਨਾ ਚੰਗਾ ਜੇ ਮੈਂ ਜੀਵਾਂ ਸਤਿਗੁਰ ਤੇਰੇ ਨਾਲ ਜੀਵਾਂ, ਪਰ ਸਤਿਗੁਰ ਤੇਰੇ ਤੋਂ ਬਗੈਰ ਇਹ ਜੀਵਨ ਕਿਸ ਕੰਮ ਦਾ। ਸਤਿਗੁਰ ਮੇਰਾ ਮਨ ਕਰਦਾ ਆ ਕਿ ਮੈਂ ਆਪਣੇ ਪ੍ਰਾਣ ਖਤਮ ਕਰ ਲਵਾਂ, ਮੈਂ ਸਤਿਗੁਰ ਤੇਰੇ ਤੋਂ ਬਗੈਰ ਜੀ ਨਹੀਂ ਸਕਦਾ ਜੀ। ਸੁਣ ਸਤਿਗੁਰ ਤੇ ਬਾਕ ਬਖਾਨਾ, ਪੰਚ ਕੋਸ ਪੁਰ ਤੇ ਤੁਮ ਥਾਨਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੱਲ ਸੁਣੀ ਬਾਬਾ ਗੁਰਦਿੱਤਾ ਜੀ ਦੀ, ਸਤਿਗੁਰ ਨੇ ਆਖਿਆ ਕਿ ਇਸ ਨਗਰ ਤੋਂ ਪੰਜ ਕੋਹ ਦੂਰ ਇੱਕ ਸਥਾਨ ਹੈ, ਤੁਸੀਂ ਉਸ ਅਸਥਾਨ ਦੇ ਉੱਤੇ ਚਲੇ ਜਾਣਾ ਆ,
ਤੇ ਉਸ ਸਥਾਨ ਦੇ ਉੱਤੇ ਜਾ ਕੇ ਜੇ ਤੁਸੀਂ ਆਪਣੇ ਪ੍ਰਾਣ ਨਿਸ਼ਾਵਰ ਕਰਨੇ ਆ, ਆਪਣੇ ਪ੍ਰਾਣ ਤਿਆਗਣੇ ਆ, ਇਹ ਸਰੀਰ ਤਿਆਗਣਾ ਆ, ਤੇ ਉਸ ਥਾਂ ਦੇ ਉੱਤੇ ਜਾ ਕੇ ਤਿਆਗਣੇ ਜੀ। ਭਾਈ ਬ੍ਰਿਧ ਰਹਿਓ ਇੱਕ ਬਾਰੀ, ਗੁਰੂ ਗਵਾਲੀਅਰ ਕੇਰ ਮਝਾਰੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਮਝਾਉਂਦੇ ਆ, ਕਹਿੰਦੇ ਬਾਬਾ ਗੁਰਦੱਤਾ ਜੀ ਉਹ ਥਾਂ ਪਤਾ ਕਿਹੜੀ ਹੈ? ਉਹ ਥਾਂ ਉਹ ਹੈ ਜਿੱਥੇ ਇੱਕ ਵਾਰ ਧੰਨ ਧੰਨ ਬੜੇ ਸਤਿਕਾਰਯੋਗ ਬਾਬਾ ਬੁੱਢਾ ਜੀ ਰਹੇ ਸਨ। ਕਦੋਂ ਰਹੇ ਸਨ ਬਾਬਾ ਬੁੱਢਾ ਜੀ? ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਚੋਂ ਰਿਹਾ ਹੋ ਕੇ ਆਏ ਸੀਗੇ। ਇਹ ਉਹ ਥਾਂ ਆ ਜਿੱਥੇ ਬਾਬਾ ਬੁੱਢਾ ਜੀ ਨੇ ਟਿਕਾ ਕੀਤਾ ਉਦੋਂ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਰਿਹਾ ਹੋ ਕੇ ਆਏ ਸੀ ਜੀ। ਤਬ ਹੈ ਤੁਰੰਗਮ ਲੈ ਸੰਗ ਸਾਰੇ, ਤਹ ਥਿਰ ਕਰੇ ਤ੍ਰਿਣਨ ਕੋ ਚਾਰੇ। ਬਾਬਾ ਬੁੱਢਾ ਜੀ ਨੇ ਉੱਥੇ ਆਪਣੇ ਘੋੜਿਆਂ ਨੂੰ ਟਿਕਾਇਆ ਸੀ ਤੇ ਬਾਬਾ ਬੁੱਢਾ ਜੀ ਦੇ ਘੋੜਿਆਂ ਨੇ ਉੱਥੇ ਘਾਹ ਚਰਿਆ ਸੀ ਤੇ ਬਾਬਾ ਬੁੱਢਾ ਜੀ ਨੇ ਕਈ ਘੜੀਆਂ ਕਈ ਪਲ ਉਸ ਥਾਂ ਦੇ ਉੱਤੇ ਟਿਕਾਣਾ ਕੀਤਾ ਸੀ ਜਿਸ ਟਿਕਾਣੇ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਜਿਸ ਸਥਾਨ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਸਥਾਨ ਦੇ ਉੱਤੇ ਕਦੇ ਬਾਬਾ ਬੁੱਢਾ ਜੀ ਵੀ ਆ ਕੇ ਟਿਕੇ ਸੀ। ਤਹਾਂ ਜਾਏ ਤਜੀਐ ਨਿਜ ਪ੍ਰਾਨ, ਕੀਜਹਿ ਹਮਰੇ ਸੰਗ ਪਿਆਨ। ਜੇ ਤੁਹਾਡੇ ਮਨ ਵਿੱਚ ਇਹ ਹੈ ਕਿ ਮੇਰੇ ਤੋਂ ਬਗੈਰ ਤੁਸੀਂ ਜੀਣਾ ਨਹੀਂ ਹੈ, ਤੁਸੀਂ ਆਪਣੇ ਪ੍ਰਾਣ ਤਿਆਗਣੇ ਹੈ, ਫਿਰ ਉਸ ਥਾਂ ਤੇ ਜਾ ਕੇ ਪ੍ਰਾਣ ਤਿਆਗਿਓ, ਤੁਸੀਂ ਪ੍ਰਾਣ ਤਿਆਗੋ ਤੇ ਫਿਰ ਆਪਾਂ ਦੋਨੇ ਇਕੱਠੇ ਜਾਵਾਂਗੇ। ਜੇ ਗੁਰੂ ਨੂੰ ਸਿੱਖ ਪਿਆਰ ਕਰਦਾ ਨਾ ਸੰਗਤ ਜੀ, ਤੇ ਚੇਤੇ ਰੱਖਿਓ ਫਿਰ ਗੁਰੂ ਆਪਣੇ ਸਿੱਖ ਨੂੰ ਵੀ ਬਹੁਤ ਪਿਆਰ ਕਰਦਾ। ਤੁਸੀਂ ਬਾਪੂ ਤੇ ਭਰੋਸਾ ਰੱਖ ਕੇ ਚੱਲਿਓ ਜੀ, ਇੱਕ ਕਦਮ ਤੁਸੀਂ ਗੁਰੂ ਲਈ ਪੁੱਟ ਕੇ ਦੇਖਿਓ ਤੇ ਗੁਰੂ ਹਜ਼ਾਰਾਂ ਕਦਮ ਸਾਡੇ ਲਈ ਪੁੱਟਦਾ ਆ। ਪੁੱਤਰ ਤੁਰਤਾ ਸਹੀ, ਤੁਸੀਂ ਗੁਰੂ ਦੇ ਲਈ ਇੱਕ ਵਾਰੀ ਕਦੇ ਪਿਆਰ ਨਾਲ ਆ ਕੇ ਸਤਿਗੁਰ ਦੀ ਬਾਣੀ ਪੜ੍ਹ ਕੇ ਦੇਖਿਓ, ਮਾਲਕ ਅੰਦਰ ਇੰਨੀ ਚਿਣਗ ਲਾ ਦੇਗਾ ਨਾ ਜੀ, ਫਿਰ ਇੱਕ ਦਿਨ ਐਸਾ ਆਏਗਾ ਕਿ ਬਾਣੀ ਪੜ੍ਹੇ ਤੋਂ ਬਿਨਾਂ ਸਾਡਾ ਗੁਜ਼ਾਰਾ ਹੀ ਨਹੀਂ ਹੁੰਦਾ। ਭਾਈ ਗੁਰਦਾਸ ਜੀ ਨੇ ਆਖਿਆ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਸਿੱਖ ਗੁਰੂ ਨੂੰ ਪਿਆਰ ਕਰਦਾ ਆ ਤੇ ਗੁਰੂ ਵੀ ਸਿੱਖ ਨੂੰ ਰੱਜ ਰੱਜ ਕੇ ਪਿਆਰ ਕਰਦਾ ਆ। ਬਾਬਾ ਗੁਰਦਿੱਤਾ ਜੀ ਨੂੰ ਆਖਿਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿ ਜੇ ਤੁਸੀਂ ਪ੍ਰਾਣ ਤਿਆਗਣੇ ਆ ਉਸ ਥਾਂ ਤੇ ਜਾ ਕੇ ਤਿਆਗਿਓ, ਫਿਰ ਆਪਾਂ ਦੋਨੇ ਇਕੱਠੇ ਜਾਵਾਂਗੇ ਜੀ। ਇਮ ਕਹਿ ਸਭ ਕੋ ਦਿਓ ਹਟਾਏ, ਜਮਾਦਾਰ ਸਿੱਖ ਭੇ ਬਿਸਮਾਏ। ਇਹ ਗੱਲਾਂ ਕਰਦੇ ਹੋਏ ਜਿਹੜੇ ਆਲੇ ਦੁਆਲੇ ਹੋਰ ਖਲੋਤੇ ਸਨ ਉਹਨਾਂ ਨੂੰ ਪਿੱਛੇ ਕਰ ਦਿੱਤਾ ਤੇ ਇਹ ਚੀਜ਼ ਨੂੰ ਦੇਖ ਕੇ ਜਿਹੜਾ ਦਰੋਗਾ ਸੀ ਤੇ ਨਾਲ ਉਹ ਗੁਰੂ ਕਾ ਸਿੱਖ ਸੀ ਉਹ ਬੜਾ ਹੈਰਾਨ ਬੜਾ ਭੈਭੀਤ ਹੁੰਦਾ ਆਇਆ ਜੀ। ਇਤਨੇ ਵਿਖੇ ਸਕਲ ਚੱਲ ਆਏ, ਅਦਮ ਸ਼ਾਹੋ ਦੇ ਤੇਗ ਪਠਾਏ। ਇਹਨੇ ਨੂੰ ਜਿਹੜੇ ਉਧਰੋਂ ਤੁਰੇ ਹੋਏ ਸੀ ਨਾ, ਔਰੰਗਜ਼ੇਬ ਨੇ ਤੁਰੇ ਹੋਏ ਸੀਗੇ ਤਲਵਾਰ ਦੇ ਕੇ, ਜਿਨ੍ਹਾਂ ਨੇ ਤਲਵਾਰ ਦੀ ਅਜ਼ਮਤ ਦੇਖਣੀ ਹੈ, ਗੁਰੂ ਮਾਲਕ ਜੀ ਕੋਲੋਂ ਕਰਾਮਾਤ ਦੇਖਣੀ ਹੈ, ਗੁਰੂ ਮਾਲਕ ਦੇ ਨਾਮ ਦੀ ਵਡਿਆਈ ਦੇਖਣੀ ਹੈ, ਉਹ ਜਿਹੜੇ ਤੁਰੇ ਹੋਏ ਸਨ ਉਹ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਪਹੁੰਚ ਗਏ ਜੀ। ਪਿਖ ਸਤਿਗੁਰ ਕੋ ਕੀਨ ਬਖਾਨ, ਜਿਮ ਤੁਮ ਕਹਿਓ ਸ਼ਾਹੋ ਸੁਨ ਕਾਨ। ਆਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਖਦੇ ਆ ਕਿ ਜੋ ਤੁਸੀਂ ਆਖਿਆ ਸੀ ਨਾ ਮੇਰੇ ਨਾਮ ਦੀ ਵਡਿਆਈ ਇਹ ਹੈ ਕਿ ਤਲਵਾਰ ਲਿਆਓ, ਉਸ ਤਲਵਾਰ ਦੇ ਨਾਲ ਕਾਗਜ਼ ਵੀ ਕੱਟਿਆ ਨਹੀਂ ਜਾ ਸਕਦਾ। ਇਹ ਗੱਲ ਜਿਹੜੀ ਆ ਔਰੰਗਜ਼ੇਬ ਦੇ ਕੰਨਾਂ ਦੇ ਵਿੱਚ ਪੈ ਗਈ ਹੈ, ਇਹ ਤੁਹਾਡੀ ਕਹੀ ਹੋਈ ਗੱਲ ਸ਼ਾਹ ਨੇ ਸੁਣ ਲਈ ਹੈ ਜੀ। ਅਜ਼ਮਤ ਨਾਮ ਹੇਤ ਪਤੀ ਆਵਣ, ਨਰ ਬ੍ਰਿੰਦਨ ਕੋ ਕੀਨ ਪਠਾਵਨ। ਤੇ ਜਾ ਕੇ ਹੁਣ ਅਸੀਂ ਭਾਈ ਅਜ਼ਮਤ ਦੇਖਣ ਆਏ ਆ,
ਅਲੋਕ ਇੰਨੇ ਇਕੱਠੇ ਹੋਏ ਹੋਏ ਆ ਸਾਰੇ ਉਸ ਅਜ਼ਮਤ ਨੂੰ ਦੇਖਣ ਆਏ ਆ ਜਿਹੜੀ ਤੁਸੀਂ ਆਖੀ ਸੀ ਕਿ ਤਿੱਖੀ ਤਲਵਾਰ ਹੋਵੇ ਤੇਜ ਧਾਰ ਹੋਵੇ ਉਹ ਕਾਗਜ਼ ਨੂੰ ਕੱਟ ਨਹੀਂ ਸਕਦੀ। ਅਸੀਂ ਸਾਰੇ ਲੋਕ ਉਸ ਅਜ਼ਮਤ ਨੂੰ ਉਸ ਕਰਾਮਾਤ ਨੂੰ ਦੇਖਣ ਆਏ ਆ ਜੀ। ਕਿਉਂ ਨਾਹਕ ਨਿਜ ਪ੍ਰਾਣ ਬਿਨਾਸ ਹੋ ਮਨ ਹੋ ਸ਼ਰਹਾ ਸੋ ਜੀਵਨ ਬਿਲਾਸ ਹੋ। ਫਿਰ ਉਹਨਾਂ ਨੇ ਮਨ ਦੇ ਵਿੱਚ ਗੱਲ ਆਈ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਖਦੇ ਕਹਿੰਦੇ ਕਿਉਂ ਤੁਸੀਂ ਆਪਣੇ ਆਪ ਦਾ ਸਰੀਰ ਜਿਹੜਾ ਆ ਇਹ ਤਿਆਗਣ ਲੱਗੇ ਹੋ, ਤੁਸੀਂ ਕਿਉਂ ਸ਼ਹੀਦੀ ਪ੍ਰਾਪਤ ਕਰਨ ਲੱਗੇ ਹੋ, ਤੁਸੀਂ ਸਾਡੀ ਸ਼ਰ੍ਹਾਂ ਨੂੰ ਮੰਨੋ ਸਾਡੇ ਧਰਮ ਦੇ ਵਿੱਚ ਆਵੋ ਤੇ ਤੁਹਾਨੂੰ ਇੱਕ ਨਵਾਂ ਜੀਵਨ ਮਿਲੇਗਾ। ਆਪਣੇ ਧਰਮ ਨੂੰ ਛੱਡ ਕੇ, ਇਸ ਸਿਧਾਂਤ ਨੂੰ ਛੱਡ ਕੇ, ਇਸ ਜਿੱਦ ਨੂੰ ਛੱਡ ਕੇ ਤੁਸੀਂ ਸਾਡੀ ਸ਼ਰ੍ਹਾਂ ਨੂੰ ਮੰਨੋ, ਸਾਡੇ ਧਰਮ ਨੂੰ ਮੰਨੋ ਤੇ ਇੱਕ ਨਵਾਂ ਤੁਹਾਨੂੰ ਜੀਵਨ ਮਿਲੇਗਾ। ਉਸ ਨਵੇਂ ਜੀਵਨ ਵਿੱਚ ਤੁਸੀਂ ਖੁਸ਼ੀਆਂ ਮਾਣੋ ਜੀ। ਕਹਿਓ ਗੁਰੂ ਇਹ ਤੇਗ ਜੋ ਹੈ ਨਹਿ ਕਾਗਦ ਕੋ ਛੇਦ ਸਕੈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਫਿਰ ਗੱਲ ਸ਼ੁਰੂ ਕੀਤੀ ਕਿ ਜੋ ਮੈਂ ਕਿਹਾ ਹੈ ਨਾ ਕਿ ਤੁਹਾਡੀ ਇਹ ਤਿੱਖੀ ਤਲਵਾਰ ਇਹ ਕਾਗਜ਼ ਨੂੰ ਕੱਟ ਨਹੀਂ ਸਕਦੀ, ਜੋ ਮੈਂ ਆਖਿਆ ਸੱਚ ਆਖਿਆ, ਇਸ ਗੱਲ ਉੱਤੇ ਕੋਈ ਭਰਮ ਨਾ ਕਰਿਓ, ਕੋਈ ਸ਼ੱਕ ਨਾ ਕਰਿਓ। ਜੇ ਇਹ ਗੱਲ ਮੈਂ ਆਖੀ ਹੈ ਕਿ ਇਹ ਤੁਹਾਡੀ ਤਿੱਖੀ ਤਲਵਾਰ ਕਾਗਜ਼ ਨੂੰ ਕੱਟ ਨਹੀਂ ਸਕਦੀ ਤੇ ਇਹ ਗੱਲ ਸੱਚੀ ਹੈ ਜੀ। ਹਮਰੋ ਕਹਿਓ ਸੱਚ ਹੀ ਜਾਣੋ ਨਹਿ ਪ੍ਰਤੀਤ ਤੋਂ ਪਰਖਣ ਠਾਨੋ। ਤੁਸੀਂ ਮੇਰਾ ਕਿਹਾ ਹੋਇਆ ਸੱਚ ਕਰਕੇ ਜਾਣਿਓ, ਕੋਈ ਭਰਮ ਚ ਨਾ ਰਹੋ, ਕੋਈ ਭੁਲੇਖੇ ਚ ਨਾ ਰਹੋ, ਕੋਈ ਝੂਠ ਨਾ ਮੰਨਿਓ। ਜੇ ਤੁਸੀਂ ਇਹ ਕਰਾਮਾਤ ਦੇਖਣੀ ਹੈ ਤੇ ਤੁਸੀਂ ਅਜਮਾ ਕੇ ਦੇਖ ਲਓ, ਪਰ ਤੱਕ ਤੁਸੀਂ ਇਹ ਨਮੂਨਾ ਆਪ ਦੇਖੋ ਕਰਕੇ ਤੁਹਾਨੂੰ ਮੇਰੀ ਕਹੀ ਹੋਈ ਗੱਲ ਦੇ ਉੱਤੇ ਵਿਸ਼ਵਾਸ ਹੋਵੇਗਾ ਜੀ। ਤਬ ਹੈ ਪਿੰਜਰੇ ਦਵਾਰ ਉਘਾਰਾ ਨਿਕਸੇ ਵਹਿਰ ਵਿਗਿਆਨ ਉਦਾਰਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗੱਲ ਸੁਣ ਕੇ ਜਿਹੜੇ ਦਰੋਗੇ ਸਨ ਉੱਥੇ ਦੇ ਅਹਿਲਕਾਰ ਸਨ ਉਹਨਾਂ ਨੇ ਸੋਚਿਆ ਕਿ ਚਲੋ ਜੇ ਵਾਰ ਵਾਰ ਗੁਰੂ ਮਾਲਕ ਜੀ ਕਹਿੰਦੇ ਆ ਤੇ ਗੁਰੂ ਮਾਲਕ ਜੀ ਕੋਲੋਂ ਇਹ ਅਜ਼ਮਤ ਦੇਖੀਏ, ਇਹ ਕਰਾਮਾਤ ਦੇਖੀਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਿਸ ਪਿੰਜਰੇ ਦੇ ਵਿੱਚ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਨਾ, ਉਸ ਪਿੰਜਰੇ ਦੇ ਦਰਵਾਜ਼ੇ ਖੋਲ੍ਹੇ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜੇ ਗਿਆਨ ਦੇ ਸਾਗਰ ਨੇ ਮੇਰੇ ਮਾਲਕ ਜੀ, ਉਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਿੰਜਰੇ ਵਿੱਚੋਂ ਬਾਹਰ ਆਏ ਜੀ। ਹੁਨਕਾਰਾ ਗ੍ਰਹਿ ਕੋ ਵੱਡ ਪੌਰ ਸੋ ਨਿਕਸੇ ਸੋਢੀ ਸਿਰ ਮੌਰ। ਉਸ ਥਾਂ ਦੇ ਉੱਤੇ ਜਿਹੜਾ ਕੈਦ ਖਾਨਾ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉੱਥੇ ਪਹੁੰਚੇ, ਗੁਰੂ ਤੇਗ ਬਹਾਦਰ ਪਾਤਸ਼ਾਹ ਉਹ ਜਿਹੜੇ ਸੋਢੀਆਂ ਦੀ ਕੁੱਲ ਦੇ ਵਿੱਚੋਂ ਸਰਮੌਰ ਨੇ। ਗੁਰੂ ਮਾਲਕ ਜੀ ਉਸ ਪਿੰਜਰੇ ਵਿੱਚੋਂ ਬਾਹਰ ਆਏ ਤੇ ਸਤਿਗੁਰ ਉੱਥੇ ਆਏ ਜਿੱਥੇ ਉਹ ਬਹੁਤ ਜਿਹੜਾ ਕੈਦ ਖਾਨਾ ਸੀ, ਮਾਲਕ ਜੀ ਉੱਥੇ ਆ ਗਏ ਜੀ। ਲੋਕ ਹਜ਼ਾਰ ਹੋ ਸੁਣ ਸੁਣ ਆਏ ਦੂਰ ਦੂਰ ਸਭ ਬਰਜ ਹਟਾਏ। ਹੁਣ ਜਿਨ੍ਹਾਂ ਜਿਨ੍ਹਾਂ ਦੇ ਕੰਨਾਂ ਵਿੱਚ ਗੱਲ ਪੈਂਦੀ ਰਹੀ ਗੁਰੂ ਮਾਲਕ ਜੀ ਕਰਾਮਾਤ ਦਿਖਾਉਣ ਲੱਗੇ ਆ, ਆਪਣੇ ਨਾਮ ਦੀ ਅਜ਼ਮਤ ਦੱਸਣ ਲੱਗੇ ਆ, ਆਪਣੇ ਨਾਮ ਦੀ ਵਡਿਆਈ ਦੱਸਣ ਲੱਗੇ ਆ, ਜਿਨ੍ਹਾਂ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਵੀ ਗੱਲ ਪਈ ਉਹ ਸਾਰੇ ਲੋਕ ਉੱਥੇ ਇਕੱਠੇ ਹੋ ਗਏ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਪਿੰਜਰੇ 'ਚ ਬੰਦ ਕੀਤਾ ਹੋਇਆ ਸੀ। ਉੱਥੇ ਹਜ਼ਾਰਾਂ ਲੋਕ ਇਕੱਠੇ ਹੋ ਗਏ, ਗੁਰੂ ਮਾਲਕ ਜੀ ਵੱਲੋਂ ਜਿਹੜੀ ਇਹ ਤਲਵਾਰ ਦੀ ਅਜ਼ਮਤ ਸਤਿਗੁਰ ਨੇ ਦਿਖਾਉਣੀ ਹੈ, ਆਪਣੇ ਨਾਮ ਦੀ ਵਡਿਆਈ ਦੱਸਣੀ ਹੈ, ਇਹ ਚੀਜ਼ ਦੇਖਣ ਵਾਸਤੇ ਉੱਥੇ ਹਜ਼ਾਰਾਂ ਲੋਕ ਇਕੱਠੇ ਹੋਏ ਜੀ। ਹਿੰਦੂ ਬ੍ਰਿੰਦ ਤੁਰਕ ਸਮੁਦਾਏ ਖਰੇ ਬਾਜ਼ਾਰ ਵਿਖੇ ਬਿਸਮਾਏ। ਜਿੰਨੇ ਹਿੰਦੂ ਸਨ, ਜਿੰਨੇ ਤੁਰਕ ਸਨ, ਜਿੱਥੇ ਹੋਰ ਲੋਕ ਸਨ, ਬਾਜ਼ਾਰ ਦਾ ਬਾਜ਼ਾਰ ਪੂਰਾ ਉੱਥੇ ਭਰ ਗਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲੋਂ ਇਹ ਅਜ਼ਮਤ ਦੇਖਣ ਵਾਸਤੇ, ਗੁਰੂ ਮਾਲਕ ਜੀ ਕੋਲੋਂ ਇਹ ਕਰਾਮਾਤ ਦੇਖਣ ਵਾਸਤੇ, ਗੁਰੂ ਮਾਲਕ ਦੀ ਨਾਮ ਦੀ ਵਡਿਆਈ ਦੇਖਣ ਵਾਸਤੇ ਉੱਥੇ ਪੂਰੀ ਭੀੜ ਹੋ ਗਈ ਆ, ਜਿਹਦੇ ਵਿੱਚ ਹਿੰਦੂ ਤੁਰਕ ਹੋਰ ਲੋਕ
ਉਸ ਭੀੜ ਦੇ ਵਿੱਚ ਸ਼ਾਮਲ ਨੇ ਜੀ। ਨਿਕਟ ਕੂਪ ਲਗ ਤਿਸ ਥਲ ਗਏ, ਜਲ ਨਿਕਾਸਿਓ ਮੱਝਣ ਕਏ। ਗੁਰੂ ਮਾਲਕ ਜਦੋਂ ਪਿੰਜਰੇ ਦੇ ਵਿੱਚ ਬਾਹਰ ਨਿਕਲੇ ਤੇ ਸਤਿਗੁਰ ਜੀ ਦੇਖਦੇ ਕਿ ਸਾਹਮਣੇ ਇੱਕ ਖੂਹ ਹੈ ਛੋਟਾ ਜਿਹਾ। ਸਤਿਗੁਰ ਜੀ ਉਸ ਛੋਟੇ ਜਿਹੇ ਖੂਹ ਦੇ ਕੋਲ ਗਏ ਤੇ ਮੇਰੇ ਮਾਲਕ ਨੇ ਉਸ ਖੂਹ ਦੇ ਵਿੱਚੋਂ ਪਾਣੀ ਕੱਢਿਆ, ਜਲ ਕੱਢਿਆ ਤੇ ਸਤਿਗੁਰ ਜੀ ਨੇ ਮੰਜਨ ਕੀਤਾ, ਇਸ਼ਨਾਨ ਕੀਤਾ। ਉਸ ਖੂਹ ਦੇ ਵਿੱਚੋਂ ਸਤਿਗੁਰ ਜੀ ਨੇ ਪਾਣੀ ਕੱਢ ਕੇ ਮੇਰੇ ਮਾਲਕ ਜੀ ਨੇ ਇਸ਼ਨਾਨ ਕੀਤਾ ਜੀ। ਜਪ ਜੀ ਪਾਠ ਕਰਨ ਪੁੰਨ ਲਾਗੇ, ਬੈਠੇ ਹੁਤੋ ਬਿਰਸ਼ ਤਿਸੇ ਆਗੇ। ਗੁਰੂ ਮਾਲਕ ਜੀ ਨੇ ਇਸ਼ਨਾਨ ਕਰਨ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੇ ਮੁਖ ਤੋਂ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਜੋ ਉਸ ਖੂਹ ਦੇ ਕੋਲ ਇੱਕ ਦਰਖਤ ਸੀ, ਸਤਿਗੁਰ ਉਸ ਦਰਖਤ ਦੇ ਹੇਠਾਂ ਬੈਠ ਕੇ ਚੌਕੜਾ ਲਾ ਕੇ ਸਤਿਗੁਰ ਜੀ ਨੇ ਧੰਨ ਗੁਰੂ ਨਾਨਕ ਬਾਬੇ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਜੀ। ਕਹਿਓ ਜਬ ਹੈ ਹਮ ਸੀਸ ਨਿਵਾਏ, ਤਬ ਦੇਖੋ ਤੁਮ ਤੇਗ ਚਲਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਆਪਣੀ ਭਾਈ ਇਹ ਜਿਹੜੀ ਤਲਵਾਰ ਹੈ ਨਾ, ਹੁਣ ਇਹਨੂੰ ਪਰਖਣ ਦਾ ਸਮਾਂ ਆ ਗਿਆ, ਹੁਣ ਆਪਾਂ ਇਹ ਤਲਵਾਰ ਨੂੰ ਪਰਖ ਕੇ ਦੇਖਣ ਆਇਆ। ਸਤਿਗੁਰ ਕਹਿੰਦੇ ਮੈਂ ਪਾਠ ਆਰੰਭ ਕੀਤਾ, ਜਦੋਂ ਮੇਰਾ ਪਾਠ ਸੰਪੂਰਨ ਹੋ ਗਿਆ ਤੇ ਜਦੋਂ ਮੈਂ ਥੋੜ੍ਹਾ ਜਿਹਾ ਸਿਰ ਨਿਵਾਵਾਂਗਾ ਤੇ ਤੁਸੀਂ ਇਹ ਤਲਵਾਰ ਨੂੰ ਚਲਾ ਕੇ ਦੇਖਣਾ, ਮੇਰੇ ਸਿਰ ਦੇ ਉੱਤੇ ਗਰਦਨ ਤੇ ਚਲਾ ਕੇ ਦੇਖਣਾ ਆ। ਸਤਿਗੁਰ ਨੇ ਇਹ ਗੱਲ ਉਹਨਾਂ ਨੂੰ ਆਖੀ ਜੀ। ਇਮ ਕਹੇ ਸਤਿਗੁਰ ਤਰ ਵਰ ਤਾਰੇ, ਬੈਠ ਅਡੋਲ ਪਾਠ ਜਪ ਕਰੇ। ਗੁਰੂ ਮਾਲਕ ਜੀ ਇਹ ਗੱਲ ਕਹਿ ਕੇ ਸਤਿਗੁਰ ਜੀ ਅਡੋਲ ਅਵਸਥਾ ਵਿੱਚ ਬੈਠ ਗਏ। ਸਤਿਗੁਰ ਜੀ ਜਪਜੀ ਸਾਹਿਬ ਦਾ ਪਾਠ ਉਸ ਦਰਖਤ ਦੇ ਹੇਠਾਂ ਬੈਠ ਕੇ ਮੇਰੇ ਮਾਲਕ ਜੀ ਕਰਨ ਲੱਗੇ ਜੀ। ਮਗਰ ਪੰਚਮੀ ਸੁਧੀ ਪਛਾਨੋ, ਸੁਰਗੁਰ ਵਾਰ ਤਬੈ ਪਹਿਚਾਨੋ। ਸਤਿਗੁਰ ਜੀ ਕਹਿੰਦੇ ਜਿਹੜਾ ਦਿਨ ਸੀ ਨਾ ਜੀ, ਜਿੱਦਣ ਸਤਿਗੁਰ ਜੀ ਇਹ ਸਾਰਾ ਭਾਣਾ ਵਰਤਾਉਣ ਲੱਗੇ ਹੈ, ਉਦਣ ਵੀਰਵਾਰ ਦਾ ਇਹ ਜਿਹੜਾ ਦਿਨ ਸੀਗਾ ਜੀ, ਮਗਰ ਪੰਚਮੀ ਸੁਧੀ ਦਾ ਇਹ ਦਿਨ ਸੀਗਾ ਜਿੱਦਣ ਸਤਿਗੁਰ ਨੇ ਇਹ ਕੌਤਕ ਵਰਤਾਇਆ ਜੀ। ਸੰਮਤ 1737 ਭਾਣਾ ਵਰਤਾਇਓ ਜਗਦੀਸ਼ਾ। ਸੰਮਤ ਜਿਹੜੀ ਹੈ 1732 ਹੈ, ਜਿੱਦਣ ਸਤਿਗੁਰ ਨੇ ਇਹ ਭਾਣਾ ਇਹ ਕੌਤਕ ਆ ਮੇਰੇ ਮਾਲਕ ਨੇ ਵਰਤਾਇਆ ਜੀ। ਸੀਸ ਦਿਓ ਪਰ ਸਿਰ ਨਾ ਦੀਂਦਾ, ਧਰਮ ਸੋ ਰਾਖਿਓ ਸਰਬ ਪਰ ਬੀਨਾ। ਵਾਹ, ਮੇਰੇ ਮਾਲਕ ਨੇ ਸਤਿਗੁਰ ਨੇ ਸੀਸ ਦਿੱਤਾ ਹੈ ਜੀ, ਪਰ ਸਤਿਗੁਰ ਨੇ ਆਪਣੀ ਦ੍ਰਿੜਤਾ ਨਹੀਂ ਛੱਡੀ, ਮਾਲਕ ਨੇ ਆਪਣਾ ਸਿਧਾਂਤ ਨਹੀਂ ਛੱਡਿਆ। ਸੰਗਤ ਜੀ ਆਪਣੇ ਗੁਰੂ ਤੋਂ ਬਲਿਹਾਰੇ ਜਾਈਏ, ਕੁਰਬਾਨ ਜਾਈਏ। ਮਾਲਕ ਨੇ ਉਹਨਾਂ ਦੀ ਵੀ ਬਾਂਹ ਫੜੀਆਂ ਜਿਨ੍ਹਾਂ ਨਾਲ ਸਾਡਾ ਕੋਈ ਸਿਧਾਂਤ ਦਾ ਸੰਬੰਧ ਨਹੀਂ ਹੈ। ਅਸੀਂ ਜਨੇਊ ਨਹੀਂ ਪਾਉਣਾ, ਅਸੀਂ ਮੱਥੇ ਦੇ ਉੱਤੇ ਤਿਲਕ ਨਹੀਂ ਲਾਉਣਾ, ਅਸੀਂ ਬੋਧੀ ਨਹੀਂ ਰੱਖਣੀ, ਪਰ ਗੁਰੂ ਨਾਨਕ ਦੇ ਘਰ ਦਾ ਇੱਕ ਸੁਭਾਅ ਆ, ਜੋ ਸ਼ਰਨ ਆਵੈ ਤੇ ਸੁਕੰਠ ਲਾਵੈ ਇਹ ਬਿਰਦ ਸਵਾਮੀ ਛੰਦਾ। ਜਦੋਂ ਕੋਈ ਆ ਕੇ ਇੱਥੇ ਬੇਨਤੀ ਕਰ ਦੇਵੇ, ਇੱਥੇ ਤਰਲਾ ਲੈ ਲਵੇ, ਮਾਲਕ ਜੀ ਨਹੀਂ ਦੇਖਦੇ ਇਹਦਾ ਰੰਗ ਕੀ ਹੈ, ਇਹਦਾ ਰੂਪ ਕੀ ਹੈ, ਇਹਦੀ ਜਾਤ ਕੀ ਹੈ, ਇਹਦਾ ਮਜ਼ਹਬ ਕੀ ਹੈ, ਇਹਦਾ ਧਰਮ ਕੀ ਹੈ ਨਾ। ਬਸ ਜਦੋਂ ਕਿਸੇ ਨੇ ਆ ਕੇ ਝੋਲੀ ਅੱਡੀ ਤੇ ਗੁਰੂ ਮਾਲਕ ਜੀ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਨ ਵਾਸਤੇ ਸਤਿਗੁਰ ਜੀ ਸ਼ਹੀਦੀ ਦੇ ਮਾਰਗ ਤੇ ਤੁਰ ਪਏ ਹੈ। ਇੱਕ ਗੱਲ ਸੱਚ ਰੱਖਿਓ ਸੰਗਤ ਜੀ, ਚੇਤੇ ਰੱਖਿਓ, ਅੱਜ ਜੇ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜੇ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣਦੇ ਪਏ ਹਾਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਕੁਰਬਾਨੀ ਦੇ ਸਦਕਾ ਹੈ। ਬੁੱਲੇ ਸ਼ਾਹ ਦੀ ਕਲਮ ਦੇ ਵਿੱਚੋਂ ਹੋਇਆ, ਜੇ ਇਜ਼ਹਾਰ ਨਾ ਹੁੰਦਾ
ਅੱਖਾਂ ਜੋ ਕੁਛ ਵੇਖ ਰਹੀਆਂ ਨੇ ਐਸਾ ਕੋਈ ਪਾਸਾਰ ਨਾ ਹੁੰਦਾ, ਮੰਦਰਾਂ ਵਿੱਚ ਨਾ ਟੱਲ ਖੜਕਦੇ, ਪੂਜਾ ਲਈ ਕੋਈ ਤਿਆਰ ਨਾ ਹੁੰਦਾ, ਨਾ ਹੁੰਦਾ ਕੋਈ ਰਾਮ ਉਪਾਸ਼ਕ, ਜਪਦਾ ਕੋਈ ਮੁਰਾਰ ਨਾ ਹੁੰਦਾ, ਨਾ ਹੁੰਦੇ ਇੱਥੇ ਜਗਰਾਤੇ, ਮਾਤਾ ਦਾ ਦਰਬਾਰ ਨਾ ਹੁੰਦਾ, ਸੁੰਨਤ ਸਭ ਦੀ ਕੀਤੀ ਸੀ ਹੋਣੀ, ਜੰਜੂਆ ਦਾ ਗਲਹਾਰ ਨਾ ਹੁੰਦਾ, ਤੇਗ ਬਹਾਦਰ ਅਵਤਾਰ ਨਾ ਹੁੰਦਾ, ਤੇ ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਜੇ ਅੱਜ ਹਿੰਦ ਦਾ ਬੇੜਾ ਪਾਰ ਹੋਇਆ ਆ, ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੁਰਬਾਨੀ ਦੇ ਸਦਕਾ ਹੋਇਆ, ਸਤਿਗੁਰ ਨੇ ਕੁਰਬਾਨੀ ਦਿੱਤੀ, ਆ ਹਿੰਦ ਦਾ ਬੇੜਾ ਪਾਰ ਹੋਇਆ ਆ, ਮਾਲਕ ਨੇ ਸੀਸ ਦਿੱਤਾ। ਤੇ ਮੈਂ ਕਈ ਵਾਰੀ ਆਖਦਾ ਹੁੰਦਾ, ਸੰਗਤ ਜੀ ਇਹ ਦੁਨੀਆਂ ਚੱਲਦੀ ਦੇ ਵਿੱਚ ਤੁਸੀਂ ਕਿਸੇ ਨੂੰ ਪੈਸੇ ਉਧਾਰੇ ਦਿੰਦੇ ਹੋ, ਕਿਸੇ ਨੂੰ ਕੁਛ ਕੋਈ ਚੀਜ਼ ਉਧਾਰੀ ਦੇਤੀ, ਪਰ ਸਿੱਖ ਕੌਮ ਕਿੰਨੀ ਅਮੀਰ ਹੈ ਮੇਰੇ ਮਾਲਕ ਜੀ, ਅਸੀਂ ਉਸ ਅਮੀਰ ਕੌਮ ਦੇ ਵਾਰਸ ਹੈ, ਅਸੀਂ ਆਪਣਾ ਗੁਰੂ ਸ਼ਹੀਦ ਸਤਿਗੁਰ ਉਧਾਰਾ ਦਿੱਤਾ ਆ, ਸਾਡਾ ਕੋਈ ਸੰਬੰਧ ਨਹੀਂ ਹੈ, ਫਿਰ ਬੇਨਤੀ ਕਰਦੇ ਹਾਂ, ਪਰ ਸਾਡੇ ਘਰ ਦਾ ਇਹ ਸੁਭਾਅ ਆ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਮਾਲਕ ਜੀ ਸੀਨੇ ਨਾਲ ਲਾਉਂਦੇ ਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਦੇਖੋ ਨਾ ਭੁੱਲਿਓ ਨਾ, ਦਿਨ ਚੱਲਦੇ ਨੇ ਸੰਗਤ ਜੀ, ਥੋੜ੍ਹੀ ਜਿਹੀ ਗੱਲ ਕਰਦੇ ਆ, ਬਲਿਹਾਰੇ ਜਾਇਓ ਧੰਨ ਗੁਰੂ ਕਲਗੀਧਰ ਪਾਤਸ਼ਾਹ ਤੇ ਬਾਪੂ ਤੇ, ਜਿੱਦਣ ਆਪ ਪੁੱਤਰ ਸੀ ਉਦਣ ਪਿਤਾ ਨੂੰ ਤੋਰ ਦਿੱਤਾ, ਤੇ ਜਿੱਦਣ ਪਿਤਾ ਬਣਿਆ ਤੇ ਉਦਣ ਪੁੱਤਰਾਂ ਨੂੰ ਤੋਰ ਦਿੱਤਾ। ਦਿਨ ਸ਼ੁਰੂ ਹੋ ਗਏ ਨਾ ਪੋਹ ਦੇ ਜੀ, ਜਿੱਦਣ ਆਪ ਪੁੱਤਰ ਸੀ ਉਦਣ ਪਿਤਾ ਨੂੰ ਤੋਰਿਆ। ਜਦੋਂ ਕਸ਼ਮੀਰੀ ਪੰਡਿਤ ਆ ਇੱਕੋ ਗੱਲ ਪੁੱਛੀ ਸੀ, ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਸੀ ਕਿਸੇ ਮਹਾਂਪੁਰਸ਼, ਕਿਸੇ ਕਰਨੀ ਵਾਲੀ, ਕਿਸੇ ਬ੍ਰਹਮ ਗਿਆਨੀ ਦੀ ਸ਼ਹੀਦੀ ਦੀ ਲੋੜ ਹੋਏਗੀ, ਕੁਰਬਾਨੀ ਦੀ ਲੋੜ ਹੋਏਗੀ, ਤਾਂ ਇਸ ਜ਼ੁਲਮ ਦੇ ਉੱਤੇ ਠੱਲ ਪਏਗੀ। ਤੇ ਕੋਲ ਬੈਠੇ 9 ਸਾਲ ਦੀ ਉਮਰ ਵਿੱਚ ਗੋਬਿੰਦ ਰਾਏ ਨੇ ਆਖਿਆ ਸੀ, ਬਾਪੂ ਤੇਰੇ ਤੋਂ ਵੱਡਾ ਬ੍ਰਹਮ ਗਿਆਨੀ ਕਿਹੜਾ ਹੈ, ਤੇਰੇ ਤੋਂ ਵੱਡਾ ਮਹਾਂਪੁਰਸ਼ ਕੌਣ ਹੈ, ਬੰਦਗੀ ਵਾਲਾ ਕੌਣ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੁੱਛਿਆ, ਦੱਸਿਆ, ਕਹਿੰਦੇ ਪੁੱਤਰ ਜੇ ਮੈਂ ਚਲਾ ਗਿਆ ਨਾ ਦਿੱਲੀ ਦੀ ਧਰਤੀ ਤੇ, ਮੈਂ ਸ਼ਹੀਦ ਹੋ ਗਿਆ ਤੇ ਤੂੰ ਅਨਾਥ ਹੋ ਜਾਏਗਾ। ਗੁਰੂ ਗੋਬਿੰਦ ਸਿੰਘ ਮਾਲਕ ਨੇ ਕਿਹਾ ਸੀ, ਬਾਪੂ ਜੇ ਤੁਸੀਂ ਜਾ ਕੇ ਸ਼ਹੀਦੀ ਦਿੰਦੇ ਹੋ, ਮੈਂ ਇਕੱਲਾ ਅਨਾਥ ਹੁੰਦਾ ਆ, ਪਰ ਹਿੰਦੁਸਤਾਨ ਦੇ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਜਾਣਗੇ। ਭੁੱਲੀਏ ਨਾ ਬਾਪੂ ਦੀ ਕੁਰਬਾਨੀ ਨੂੰ, ਭੁੱਲੀਏ ਨਾ ਮਾਤਾ ਗੁਜਰ ਕੌਰ ਦੀ ਕੁਰਬਾਨੀ ਨੂੰ, ਮਾਤਾ ਗੁਜਰ ਕੌਰ ਨੇ ਆਪਣਾ ਸੁਹਾਗ ਤੋਰਿਆ, ਤੇ ਤਾਂ ਅੱਜ ਹਿੰਦੁਸਤਾਨ ਦੀਆਂ ਔਰਤਾਂ ਦੇ ਸੁਹਾਗ ਜਿਉਂਦੇ ਨੇ, ਮਾਤਾ ਗੁਜਰ ਕੌਰ ਨੇ ਆਪਣਾ ਸੁਹਾਗ ਤੋਰਿਆ। ਬਾਪੂ ਨੇ ਕੁਰਬਾਨੀ ਦਿੱਤੀ, ਬਾਪੂ ਨੇ ਸੀਸ ਦਿੱਤਾ, ਬਾਪੂ ਨੇ ਦ੍ਰਿੜਤਾ ਨਹੀਂ ਛੱਡੀ, ਬਾਪੂ ਨੇ ਸੀ ਤੱਕ ਨਹੀਂ ਕੀਤੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਦੌਲਤ ਅੱਜ ਹਿੰਦੁਸਤਾਨ ਦੇ ਇਹਨਾਂ ਮੰਦਰਾਂ ਦੇ ਅੰਦਰ ਜੇ ਦੀਵਾ ਬਲਦਾ ਆ, ਉਹ ਦੀਵੇ ਨੂੰ ਬੱਤੀ ਤੇ ਤੇਲ ਨਾ ਜਾਣਿਓ, ਉਹ ਬੱਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀਆਂ ਆਂਦਰਾਂ ਨੇ, ਤੇ ਉਹ ਤੇਲ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਖੂਨ ਹੈ। ਮਾਲਕ ਜੀ ਦੀ ਇੱਡੀ ਕੁਰਬਾਨੀ ਦੇ ਸਦਕਾ ਅੱਜ ਹਿੰਦੁਸਤਾਨ ਦੇ ਇਸ ਧਰਤੀ ਦੇ ਉੱਤੇ ਮੰਦਰ ਨੇ ਅੱਜ ਆਜ਼ਾਦੀ ਦਾ ਨਿੱਘ ਮਾਣਦੇ ਪਏ ਆ, ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਕੁਰਬਾਨੀ ਦਾ ਸਦਕਾ ਆ। ਭੁੱਲੀਏ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੁਰਬਾਨੀ ਨੂੰ। ਹੁਣ ਸਤਿਗੁਰ ਜੀ ਮਾਲਕ ਨੇ ਸਿਰਤਾ ਦਿੱਤਾ ਆਪਣਾ, ਦ੍ਰਿੜਤਾ ਨਹੀਂ ਛੱਡੇ, ਵਿਸ਼ਵਾਸ ਨਹੀਂ ਛੱਡਿਆ, ਸਤਿਗੁਰ ਨੇ ਆਪਣਾ ਸਿਧਾਂਤ ਨਹੀਂ ਛੱਡਿਆ ਜੀ। ਧਰਿਓ ਦੁਪਹਿਰਾ ਜਬ ਇੱਕ ਘਰੀ, ਜਬ ਜੀ ਪਠਤ ਸੋ ਪੂਰੀ ਕਰੀ। ਜਦੋਂ ਦੁਪਹਿਰ ਦੀ ਇੱਕ ਘੜੀ, ਦਿਨ ਦੀ ਦੁਪਹਿਰ ਦੀ ਇੱਕ ਘੜੀ ਬਤੀਤ ਹੋ ਗਈ, ਤੇ ਸਤਿਗੁਰ ਨੇ ਆਪਣੀ ਜਪਜੀ
ਸੰਪੂਰਨ ਕੀਤੀ ਜੀ। ਤੇ ਸੱਚਾਈ ਗਾ ਸੰਗਤ ਜੀ, ਜਦੋਂ ਮਨ ਡੋਲੇ, ਮੁਸੀਬਤ ਆਵੇ, ਜਦੋਂ ਪਤਾ ਲੱਗੇ ਹੁਣ ਰਾਹ ਕੋਈ ਨੀ ਗਾ, ਉਦੋਂ ਇੱਕ ਕੰਮ ਕਰਿਆ ਕਰੋ, ਬਾਣੀ ਦਾ ਪੱਲਾ ਫੜ ਲਿਆ ਕਰੋ। ਜਦੋਂ ਬਾਣੀ ਦਾ ਪੱਲਾ ਫੜੋਗੇ, ਬਾਣੀ ਪ੍ਰਭ ਕੀ ਸਭ ਕੋ ਬੋਲਾ, ਆਪ ਅਡੋਲ ਨਾ ਕਬੂ ਡੋਲੇ, ਨਹੀਂ ਡੋਲਣ ਦੇਗੀ। ਜਦੋਂ ਗੁਰਬਾਣੀ ਦਾ ਲੜ ਫੜਿਆ ਹੋਏਗਾ ਤੇ ਗੁਰਬਾਣੀ ਸਾਨੂੰ ਡਿੱਗਣ ਨਹੀਂ ਦੇਗੀ, ਗੁਰਬਾਣੀ ਸਾਡੀ ਢਹਿੰਦੀ ਕਲਾ ਨੂੰ ਚੜ੍ਹਦੀ ਕਲਾ ਚ ਲੈ ਕੇ ਜਾਏਗੀ। ਜਦੋਂ ਕਿਤੋਂ ਨਾ ਆਸਰਾ ਮਿਲੇ, ਕਿਤੋਂ ਨਾ ਵਿਸ਼ਵਾਸ ਮਿਲੇ, ਉਦੋਂ ਜ਼ਰੂਰ ਤੁਸੀਂ ਬਾਣੀ ਦਾ ਪੱਲਾ ਫੜਿਓ, ਸਤਿਗੁਰ ਸਾਡੀ ਲਾਜ ਜ਼ਰੂਰ ਰੱਖਣਗੇ। ਮਾਲਕ ਨੇ ਜਪਜੀ ਸਾਹਿਬ ਸੰਪੂਰਨ ਕੀਤੀ, ਰਮਤਾ ਕੀਤੀ ਸੀ, ਸਤਿਗੁਰ ਨੇ ਪੜਿਆ, ਜਿਨੀ ਨਾਮ ਧਿਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ, ਜਿਨੀ ਨਾਮ ਧਿਆਇਆ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦੋਂ ਦਿਨ ਦੇ ਦੁਪਹਿਰ ਦੀ ਇੱਕ ਘੜੀ ਘਟ ਗਈ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਜਪਜੀ ਸਾਹਿਬ ਸੰਪੂਰਨ ਕੀਤਾ ਜੀ। ਭੋਗ ਪਾਏ ਜਬ ਸੀਸ ਨਿਵਾਇਓ, ਪੁਨ ਉਪਰ ਕੋ ਜਬ ਹੈ ਉਠਾਇਓ। ਜਦੋਂ ਸਤਿਗੁਰ ਨੇ ਜਪਜੀ ਸਾਹਿਬ ਦਾ ਭੋਗ ਪਾਇਆ, ਅੱਖਾਂ ਸਾਹਮਣੇ ਤਸਵੀਰ ਲਿਆਇਓ ਜੀ, ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ। ਸਤਿਗੁਰ ਨੇ ਜਦੋਂ ਜਪਜੀ ਸਾਹਿਬ ਸੰਪੂਰਨ ਕਰਕੇ ਸਿਰ ਨਿਭਾਇਆ, ਤੇ ਮਾਲਕ ਜਦੋਂ ਆਪਣਾ ਸਿਰ ਉੱਪਰ ਚੁੱਕਣ ਲੱਗੇ ਜੀ, ਸੈਯਦ ਤਬ ਕਰ ਕਹਿ ਬਲ ਬਾਹੂ, ਤੇਗ ਪ੍ਰਹਾਰ ਤਾਕ ਗਰ ਮਾਹੂ। ਜਿਹੜਾ ਸੈਯਦ ਉਹ ਲੈ ਕੇ ਆਇਆ ਸੀ ਦਰੋਗਾ ਖਜ਼ਾਨਚੀ, ਉਹਨੇ ਆਪਣੇ ਹੱਥ ਦੇ ਵਿੱਚ ਤਲਵਾਰ ਪਕੜੀ ਹੋਈ ਤੇਜ ਧਾਰ ਵਾਲੀ, ਜਦੋਂ ਪੂਰੇ ਬਲ ਦੇ ਨਾਲ, ਪੂਰੇ ਜ਼ੋਰ ਦੇ ਨਾਲ ਉਸੇ ਸਮੇਂ ਉਹਨੇ ਤਲਵਾਰ ਘੁਮਾਈ ਜੀ, ਕਰੀ ਚਲਾਵਣ ਗਈ ਨਾ ਤਹਿ ਲਾਓ, ਧਰ ਤੇ ਸਿਰ ਉਤਰਿਓ ਗੁਰ ਪਹਿਲੋਂ। ਬੜੀ ਹੈਰਾਨੀ ਦੀ ਗੱਲ ਆ ਸੰਗਤ ਜੀ, ਇੱਥੇ ਹਲੇ ਤਲਵਾਰ ਚਲਾਈ ਗਈ ਹੈ, ਹਲੇ ਤਲਵਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗਰਦਨ ਕੋਲ ਨਹੀਂ ਪਹੁੰਚੀ। ਪਹੁੰਚਣ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗਰਦਨ ਧੜ ਤੋਂ ਵੱਖ ਹੋ ਗਈ ਜੀ। ਫੋਕੋ ਵਾਰ ਝਟਕ ਪੁੱਜ ਪਰੀ, ਲੱਗੀ ਨਾ ਗਰੀਬਾ ਮਹਿ ਉਰ ਤਰੀ। ਉਸ ਸੈਯਦ ਨੂੰ ਇਹ ਮਹਿਸੂਸ ਹੋਇਆ ਕਿ ਜਦੋਂ ਉਹਨੇ ਇੱਕੋ ਲਖਤ ਵਾਰ ਕੀਤਾ ਕਿ ਮੈਂ ਵਾਰ ਕੀਤਾ ਪਰ ਮੇਰਾ ਵਾਰ ਗਰਦਨ ਤੇ ਵੱਜਿਆ ਨਹੀਂ ਹੈ, ਗਰਦਨ ਤੇ ਲੱਗਿਆ ਨਹੀਂ ਹੈ, ਮੇਰਾ ਵਾਰ ਇਹ ਫੋਕਾ ਗਿਆ, ਉਹਨੂੰ ਖਿੱਚ ਪਈ, ਉਹਨੂੰ ਏਦਾਂ ਮਹਿਸੂਸ ਹੋਇਆ ਕਿ ਮੇਰੀ ਤਲਵਾਰ ਤਾਂ ਗਰਦਨ ਦੇ ਉੱਤੇ ਲੱਗੀ ਓ ਨਹੀਂ, ਤਲਵਾਰ ਗਰਦਨ ਤੋਂ ਲੱਗਣ ਤੋਂ ਪਹਿਲਾਂ ਹੀ ਗਰਦਨ ਧੜ ਤੋਂ ਵੱਖ ਹੋ ਗਈ ਜੀ। ਉੱਡਿਓ ਸੀਸ ਹੋਏ ਅੰਤਰ ਧਿਆਨਾ, ਬਹੀ ਅੰਧੇਰੀ ਧੂਲ ਮਹਾਨਾ। ਮਾਲਕ ਜੀ ਦਾ ਪਵਿੱਤਰ ਸੀਸ ਹੈ ਜਦੋਂ ਧੜ ਤੋਂ ਵੱਖ ਹੋਇਆ ਨਾ ਸੰਗਤ ਜੀ, ਤੇ ਗੁਰੂ ਮਾਲਕ ਜੀ ਦਾ ਉਹ ਸੀਸ ਅੰਤਰ ਧਿਆਨ ਹੋ ਗਿਆ, ਅਲੋਪ ਹੋ ਗਿਆ। ਜਦੋਂ ਸਤਿਗੁਰ ਜੀ ਦਾ ਸੀਸ ਅਲੋਪ ਹੋਇਆ ਜੀ, ਉੱਥੇ ਹਨੇਰੀ ਚੱਲੀ, ਇੰਨੀ ਹਨੇਰੀ ਚੱਲੀ, ਬਹੁਤ ਹਨੇਰੀ ਚੱਲੀ, ਤੇ ਸਤਿਗੁਰ ਜੀ ਦਾ ਉੱਥੋਂ ਸੀਸ ਅਲੋਪ ਅੰਤਰ ਧਿਆਨ ਹੋ ਗਿਆ ਜੀ। ਸਭ ਕੇ ਮੁੰਦੇ ਬਿਲੋਚਣ ਐਸੇ, ਕਛੂ ਬਿਲੋਕਿਓ ਜਾਏ ਨਾ ਜੈਸੇ। ਕਰਾਮਾਤ ਕੈਸੀ ਵਾਪਰੀ, ਜਿਹੜੇ ਲੋਕ ਉੱਥੇ ਖੜੇ ਸਨ, ਦੇਖ ਰਹੇ ਸਨ, ਉਹਨਾਂ ਦੀ ਅੱਖਾਂ ਇਸ ਤਰ੍ਹਾਂ ਬੰਦ ਹੋ ਗਈਆਂ ਤੇ ਉਹਨਾਂ ਨੂੰ ਏਦਾਂ ਪ੍ਰਤੀਤ ਹੋ ਰਿਹਾ ਕਿ ਜਿਵੇਂ ਅਸੀਂ ਕੁਝ ਦੇਖਿਆ ਹੀ ਨਹੀਂ ਹੈ। ਸਭ ਕੁਝ ਦੇਖਣ ਦੇ ਬਾਵਜੂਦ ਹਨੇਰੀ ਚੱਲੀ, ਉਹਨਾਂ ਨੂੰ ਮਹਿਸੂਸ ਇੱਦਾਂ ਹੋ ਰਿਹਾ ਹੈ ਕਿ ਸਾਡੀਆਂ ਅੱਖਾਂ ਨੇ ਕੁਝ ਦੇਖਿਆ ਹੀ ਨਹੀਂ ਜੀ। ਹਾਏ ਹਾਏ ਸਭ ਤੇ ਸ਼ਿਨ ਕੀਨਾ,
ਵੱਡ ਅਪਰਾਧ ਤੁਰਕ ਪਤ ਲੀਨਾ। ਜਿੰਨੇ ਉੱਥੇ ਖੜੇ ਸਨ ਉਹਨਾਂ ਨੇ ਕਿਹਾ ਕਿ ਹਾਏ ਬਹੁਤ ਵੱਡਾ ਅਪਰਾਧ ਔਰੰਗਜ਼ੇਬ ਨੇ ਕਮਾਇਆ। ਹਾਏ ਹਾਏ ਮੁੱਖ ਤੋਂ ਨਿਕਲਦਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਧੜ ਤੋਂ ਵੱਖ ਕੀਤਾ ਆ। ਹਾਏ ਹਾਏ ਮੁੱਖ ਤੋਂ ਨਿਕਲਦਾ ਕਿ ਔਰੰਗਜ਼ੇਬ ਨੇ ਅੱਜ ਬਹੁਤ ਵੱਡਾ ਅਪਰਾਧ ਕਮਾਇਆ ਜੀ। ਧਰਕ ਉੱਠੀ ਸਭ ਕੀ ਤਬ ਛਾਤੀ, ਲਖਿਓ ਰਿਦੇ ਭਾ ਵੱਡ ਉਤਪਾਤੀ। ਜਦੋਂ ਸੀਸ ਵੱਖ ਹੋਇਆ ਤੇ ਸਾਰਿਆਂ ਦੀ ਧੜਕਣਾ ਤੇਜ਼ ਹੋ ਗਈ ਹੈ। ਉਹਨਾਂ ਦੇ ਮਨ ਵਿੱਚ ਇਹ ਗੱਲ ਹੈ ਕਿ ਹੁਣ ਬਹੁਤ ਵੱਡਾ ਵਿਗਾੜ ਪੈਦਾ ਹੋ ਗਿਆ ਜੀ। ਤਿਹ ਸਿੱਖ ਕੀ ਝੋਰੀ ਸਿਰ ਆਏ ਆਹੋ, ਤ੍ਰਸਤ ਹੋਏ ਤਿਨ ਭਲੇ ਛਪਾਏ ਆਹੋ। ਗੁਰੂ ਮਾਲਕ ਜੀ ਦਾ ਸੀਸ, ਸਤਿਗੁਰ ਨੇ ਜੇ ਸਿੱਖ ਨੂੰ ਆਖਿਆ ਸੀ ਨਾ ਤੂੰ ਕੈਦ ਖਾਨੇ ਦੇ ਕੋਲ ਰਹਿਣਾ, ਉਹਦੀ ਝੋਲੀ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਆ ਟਿਕਿਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਉਸ ਸਿੱਖ ਦੀ ਝੋਲੀ ਵਿੱਚ ਆ ਪਿਆ ਜੀ। ਹਟ ਕਿਸਹੂੰ ਕੀ ਦਿਸ਼ ਨਹਿ ਦੇਖਾ, ਨਿਕਸਿਓ ਪੁਰ ਤੇ ਸ਼ਿਗਰ ਵਸ਼ੇਖਾ। ਜਦੋਂ ਸੀਸ ਸਤਿਗੁਰ ਜੀ ਦਾ ਝੋਲੀ ਵਿੱਚ ਪਿਆ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸੀਸ ਨੂੰ ਸੀਨੇ ਨਾਲ ਲਾ ਕੇ ਫਿਰ ਉਹਨੇ ਅੱਗੇ ਪਿੱਛੇ ਨਹੀਂ ਦੇਖਿਆ ਕੁਝ ਜੀ, ਉਸ ਜਗ੍ਹਾ ਤੋਂ ਫਟਾਫਟ ਬੜੀ ਜਲਦੀ ਦੇ ਨਾਲ ਉਹਨੇ ਨਿਕਲਣ ਦੀ ਕੋਸ਼ਿਸ਼ ਕੀਤੀ ਜੀ। ਜਿਤਕ ਬੇਗ ਬਪ ਬਲ ਮਹਿ ਜੇਤਾ, ਗਮਨਿਓ ਮਾਰਗ ਮੈਂ ਕਰ ਤੇਤਾ। ਜਿੰਨੀ ਉਹਦੇ ਕੋਲ ਤਾਕਤ ਸੀ, ਜਿੰਨਾ ਉਹਦੇ ਕੋਲ ਬਲ ਸੀ, ਜਿੰਨਾ ਉਹਦੇ ਕੋਲ ਜ਼ੋਰ ਸੀ, ਉਹਨੇ ਆਪਣਾ ਪੂਰਾ ਜ਼ੋਰ ਲਾ ਕੇ ਬਹੁਤ ਲੰਮਾ ਸਫ਼ਰ ਉਹਨੇ ਤੈਅ ਕਰਕੇ ਉਹਨੇ ਮਾਰਗ ਦੇ ਉੱਤੇ ਆ ਕੇ ਇੱਕ ਜਿੰਨਾ ਉਹਦੇ ਕੋਲ ਜ਼ੋਰ ਸੀ ਉਹਨੇ ਉਸ ਮਾਰਗ ਨੂੰ ਪਕੜਿਆ, ਜਿਸ ਮਾਰਗ ਦੇ ਰਾਹੀਂ ਉਹਨੇ ਅਨੰਦਪੁਰ ਸਾਹਿਬ ਜਾਣਾ ਜੀ। ਨਿਸ ਬਾਸੁਰ ਮਹਿ ਕੀਨ ਪਿਆਨਾ, ਨਹਿ ਬਿਸਰਾਮ ਕੀਨ ਕਿਸ ਥਾਨਾ। ਦਿਨ ਰਾਤ ਉਹ ਲਗਾਤਾਰ ਤੁਰਦਾ ਰਿਹਾ, ਲਗਾਤਾਰ ਸਫ਼ਰ ਕਰਦਾ ਰਿਹਾ, ਉਹਨੇ ਆਰਾਮ ਨਾ ਕੀਤਾ ਜੀ, ਕਿਉਂਕਿ ਜ਼ਿੰਮੇਵਾਰੀ ਵੱਡੀ ਹੈ। ਨਿਸ ਬਾਸੁਰ ਤੁਰਦਾ ਰਿਹਾ ਦਿਨ ਰਾਤ, ਉਹ ਆਪਣੀ ਯਾਤਰਾ ਉਹਨੇ ਆਰੰਭ ਰੱਖੀ, ਉਹਨੇ ਕਿਤੇ ਵੀ ਵਿਸ਼ਰਾਮ ਕਿਤੇ ਵੀ ਉਹਨੇ ਟਿਕਾਣਾ ਨਹੀਂ ਕੀਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਉਹਦੀ ਝੋਲੀ ਵਿੱਚ ਹੈ, ਉਹਦੇ ਕੋਲ ਹੈ, ਉਹਦੇ ਮਨ ਵਿੱਚ ਇੱਕੋ ਹੀ ਚੀਜ਼ ਹੈ ਕਿ ਜਿੰਨੀ ਜਲਦੀ ਹੋ ਸਕੇ ਮੈਂ ਸੀਸ ਨੂੰ ਅਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਾਲਕ ਜੀ ਕੋਲ ਪਹੁੰਚਾ ਦੇਵਾਂ। ਮੇਰੇ ਕੋਲੋਂ ਕੋਈ ਸਿਪਾਹੀ, ਮੇਰੇ ਕੋਲੋਂ ਕੋਈ ਦਰੋਗਾ, ਮੇਰੇ ਕੋਲੋਂ ਇਹ ਸੀਸ ਕੋਈ ਖੋਹ ਨਾ ਲਵੇ। ਅਤੇ ਜਿੰਨਾ ਉਹਦੇ ਕੋਲ ਜ਼ੋਰ ਸੀ ਉਹਨੇ ਆਪਣੀ ਤਾਕਤ ਲਾ ਕੇ ਲੰਮਾ ਸਮਾਂ ਉਹਨੇ ਦਿਨ ਰਾਤ ਉਹਨੇ ਸਫ਼ਰ ਕੀਤਾ ਆ ਅਤੇ ਕਿਤੇ ਵੀ ਉਹਨੇ ਵਿਸ਼ਰਾਮ ਨਹੀਂ ਕੀਤਾ ਜੀ। ਸਿਮਰਤ ਗੁਰੂ ਗਰੀਬ ਨਿਵਾਜ, ਰੱਖ ਹੋ ਨਿਜ ਦਾਸਣ ਕੀ ਲਾਜ। ਇਹ ਵੀ ਗੱਲ ਸੱਚਾਈ ਹੈ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਉਹਨੇ ਚੁੱਕਿਆ ਅਤੇ ਸਿਮਰਨ ਕਰਦਾ ਅਰਦਾਸ ਕਰਦਾ, ਬਾਪੂ ਇਹ ਕਾਰਜ ਤੇਰਾ ਹੈ ਅਤੇ ਤੁਸੀਂ ਆਪ ਸੰਵਾਰਨਾ। ਕੱਲ ਇਹ ਨਾ ਕਵੇ ਕਿ ਮੈਂ ਸੀਸ ਲੈ ਕੇ ਪਹੁੰਚਿਆ, ਨਾ, ਸਤਿਗੁਰ ਮੇਰੀ ਪਾਇਆ ਨਹੀਂ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ, ਬਾਪੂ ਤੇਰੇ ਤੋਂ ਬਿਨਾਂ ਅਸੀਂ ਕਾਹਦੇ ਕਾਰਜ, ਤੇਰੇ ਤੋਂ ਬਿਨਾਂ ਸਾਡੇ ਕੋਲ ਕਾਹਦੀ ਤਾਕਤ। ਬਾਪੂ ਤੁਸੀਂ ਇਹ ਤੁਹਾਡਾ ਕਾਰਜ ਆ, ਤੁਸੀਂ ਆਪ ਨੇਪਰੇ ਚਾੜਨਾ ਆ। ਗੁਰੂ ਮਾਲਕ ਜੀ ਦੇ ਚਰਨਾਂ 'ਚ ਅਰਦਾਸ, ਸਤਿਗੁਰ ਦੇ ਨਾਮ ਦਾ ਸਿਮਰਨ ਕਰਦਾ ਹੋਇਆ ਇਹ ਗੁਰੂ ਕਾ ਸਿੱਖ ਮਾਰਗ ਪਿਆ ਜੀ। ਨਿਕਸ ਗਇਓ ਪੁਰ ਤੇ ਸਿੱਖ ਜੰਬੈ, ਬਹੀ ਅੰਧੇਰੀ ਮਿਟ ਗਈ ਤਬੈ। ਜਦੋਂ ਗੁਰੂ ਕਾ ਸਿੱਖ ਸੀਸ ਲੈ ਕੇ ਉਸ ਨਗਰ ਦੇ ਵਿੱਚੋਂ, ਉਸ ਇਲਾਕੇ ਵਿੱਚੋਂ ਜੋ ਥੋੜਾ ਜਿਹਾ ਬਾਹਰ ਹੋਇਆ, ਜਿਹੜੀ ਹਨੇਰੀ ਚੱਲਦੀ ਸੀ ਉਹ ਹਨੇਰੀ ਫਿਰ ਬੰਦ ਹੋ ਗਈ ਜੀ। ਧਰ ਪਰ ਧਰ ਸਭ ਨਰਨ ਨਿਹਾਰਾ, ਨਹੀਂ ਸੀਸ ਲਖ ਕਹਿ ਡਰ ਧਾਰਾ। ਸਾਰੇ ਬੜੇ ਹੈਰਾਨ ਹੋਏ ਜੀ ਇਹ ਗੱਲ ਦੇਖ ਕੇ। ਕਿਹੜੀ ਗੱਲ ਦੇਖ ਕੇ? ਇਹ ਗੱਲ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਕਿ ਉੱਥੇ ਇਕੱਲਾ ਧੜ ਪਿਆ ਗੁਰੂ ਮਾਲਕ ਜੀ ਦਾ, ਅਤੇ ਸੀਸ ਕੌਣ ਚੁੱਕ ਕੇ ਲੈ ਗਿਆ, ਸੀਸ ਕਿੱਥੇ ਚਲਾ ਗਿਆ।
ਸਾਰੇ ਜਣੇ ਇਸ ਗੱਲ ਦੇ ਲਈ ਹੈਰਾਨੀ ਮੰਨਦੇ ਆ ਕਿ ਕੱਲਾ ਗੁਰੂ ਮਾਲਕ ਜੀ ਦਾ ਧੜ ਪਿਆ ਤੇ ਸੀਸ ਕਿੱਥੇ ਚਲਾ ਗਿਆ। ਸੰਗਤ ਜੀ ਇੱਕ ਮਿੰਟ ਰੁਕਿਓ, ਇੱਥੇ ਬਹੁਤ ਵੱਡੀ ਜ਼ਿੰਮੇਵਾਰੀ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਇਸ ਥਾਂ ਤੋਂ ਅਨੰਦਪੁਰ ਸਾਹਿਬ ਪਹੁੰਚਾਉਣਾ, ਤੇ ਮੈਂ ਕਹਿੰਦਾ ਉਹ ਗੁਰਸਿੱਖ ਦਾ ਕਿੱਡਾ ਜਿਗਰਾ ਹੋਏਗਾ ਜੀ, ਜਿਹਨੇ ਆਪਣੇ ਸੀਨੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲਾਇਆ। ਕਿੱਡਾ ਵੱਡਾ ਉਹਦੇ ਅੰਦਰ ਸਬਰ ਹੋਏਗਾ, ਕਿੱਡੀ ਵੱਡੀ ਦ੍ਰਿੜਤਾ ਹੋਏਗੀ। ਮੇਰੇ ਬਾਪੂ ਦਾ, ਮੇਰੇ ਗੁਰੂ ਦਾ, ਮੇਰੇ ਪਰਮੇਸ਼ਰ ਪਰਮਾਤਮਾ ਦਾ ਸੀਸ ਮੇਰੀ ਗੋਦ ਵਿੱਚ ਹੈ, ਮੇਰੇ ਹੱਥ ਦੇ ਵਿੱਚ ਹੈ। ਗੁਰੂ ਮਾਲਕ ਦਾ ਸੀਸ ਲੈ ਕੇ ਜਦੋਂ ਤੁਰਦਾ ਹੈ ਨਾ, ਉਹ ਇੱਕੋ ਹੀ ਅਰਦਾਸ ਵਾਰ ਵਾਰ ਕਰਦਾ, ਬਾਪੂ ਕਿਰਪਾ ਕਰੀ, ਮਰਾਮਤ ਕਰੀ, ਇਹ ਕਾਰਜ ਸਫਲ ਹੋ ਜਾਵੇ, ਇਹ ਕਾਰਜ ਵਿੱਚ ਕੋਈ ਵਿਘਨ ਨਾ ਆਵੇ। ਬਹੁਤ ਵੱਡੀ ਡਿਊਟੀ, ਬਹੁਤ ਵੱਡੀ ਸੇਵਾ ਤੁਸੀਂ ਮੇਰੀ ਲਾਈ ਗਏ, ਤੇ ਅੰਗ ਸੰਗ ਬਾਪੂ ਸਹਾਈ ਹੋਈ, ਅੰਗ ਸੰਗ ਬਾਪੂ ਮੇਰੇ ਨਾਲ ਰਹੀ। ਕਿਉਂਕਿ ਸੰਗਤ ਜੀ, ਇਹ ਗੁਰੂ ਕੇ ਸਿੱਖ ਦਾ ਫਰਜ਼ ਬਣ ਜਾਂਦਾ ਆ। ਜਦੋਂ ਗੁਰੂ ਕਾ ਸਿੱਖ ਕੋਈ ਵੀ ਕੰਮ ਕਰੇ ਨਾ, ਕੋਈ ਵੀ ਕੰਮ, ਉਹ ਗੁਰੂ ਦੇ ਚਰਨਾਂ 'ਚ ਅਰਦਾਸ ਕਰੇ, ਜਦੋਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਨਾ, ਫਿਰ ਉਹਦਾ ਕੰਮ ਜ਼ਰੂਰ ਸੰਪੂਰਨ ਹੁੰਦਾ ਹੈ। ਅਸੀਂ ਪੜ੍ਹਦੇ ਹਾਂ ਨਾ ਜੀ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਉਦੋਂ ਗੁਰੂ ਮਾਲਕ ਜੀ ਦੇ ਚਰਨਾਂ 'ਚ ਅਸੀਂ ਕਾਰਜ ਦੀ ਆਰੰਭਤਾ ਲਈ ਅਰਦਾਸ ਕਰਦੇ ਹਾਂ, ਬਾਪੂ ਤੇ ਕਿਰਪਾ ਕਰਕੇ ਸਾਡਾ ਕਾਰਜ ਸਵਾਰ ਦੀ। ਫਿਰ ਬਾਪੂ ਦਾ ਸੁਭਾਅ ਆ, ਬਾਪੂ ਆਪ ਵਿੱਚ ਸਹਾਈ ਹੋ ਕੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਫਿਰ ਬਾਪੂ ਵਿੱਚ ਖਲੋਂਦਾ ਆ। ਜਦੋਂ ਅਸੀਂ ਬਾਪੂ ਨੂੰ ਆਵਾਜ਼ ਮਾਰਦੇ ਹਾਂ, ਬਾਪੂ ਕੋਲੋਂ ਤਰਲੇ ਲੈਂਦੇ ਹਾਂ, ਬਾਪੂ ਕੋਲ ਅਰਦਾਸ ਕਰਦੇ ਹਾਂ, ਤੇ ਬਾਪੂ ਸਾਡੇ ਕਾਰਜ ਨੂੰ ਸੰਪੂਰਨ ਕਰਨ ਵਾਸਤੇ ਫਿਰ ਆਉਂਦਾ ਆ। ਇਹ ਗੁਰੂ ਕਾ ਸਿੱਖ ਵਾਰ ਵਾਰ ਅਰਦਾਸ ਕਰਦਾ, ਵਾਰ ਵਾਰ ਬੇਨਤੀ ਕਰਦਾ, ਵਾਰ ਵਾਰ ਜੋਜੜੀ ਕਰਦਾ, ਬਾਪੂ ਚੱਲਿਆ ਅਨੰਦਪੁਰ ਸਾਹਿਬ ਨੂੰ, ਘੋੜੇ ਨੂੰ ਅੱਡੀ ਲਾਈ ਗਏ, ਪਰ ਬਾਪੂ ਇਹ ਕੰਮ ਮੈਂ ਨਹੀਂ ਕਰ ਸਕਦਾ, ਮੈਂ ਹਾਰਿਆ ਹੋਇਆ, ਮੇਰੀ ਪਾਇਆ ਨਹੀਂ ਹੈ। ਗੁਰੂ ਮਾਲਕ ਜੀ ਤੁਸੀਂ ਸਹਾਈ ਹੋਣਾ ਆ, ਤੇ ਇਹ ਸੀਸ ਨੂੰ ਸਤਿਗੁਰ ਜੀ ਅਨੰਦਪੁਰ ਸਾਹਿਬ ਤੱਕ ਤੁਸੀਂ ਪਹੁੰਚਾਉਣਾ ਆ। ਇਹ ਗੁਰੂ ਕਾ ਸਿੱਖ ਅਰਦਾਸਾ ਕਰਕੇ ਸਿਮਰਨ ਕਰਦਾ ਹੋਇਆ ਗੁਰੂ ਮਾਲਕ ਦਾ ਸੀਸ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਲੈ ਕੇ ਤੁਰਦਾ। ਇਹ ਫਿਰ ਆਪਾਂ ਕੱਲ੍ਹ ਦੇ ਇਤਿਹਾਸ ਦੀ ਲੜੀ ਵਿੱਚ ਦੇਖਾਂਗੇ ਕਿਵੇਂ ਇਸ ਗੁਰੂ ਕੇ ਸਿੱਖ ਨੇ ਪੜਾ ਕਰ ਕਰਕੇ ਇਸ ਸੀਸ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਪਵਿੱਤਰ ਸੀਸ ਨੂੰ ਮੇਰੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਾਲਕ ਜੀ ਕੋਲ ਪਹੁੰਚਾਇਆ, ਤੇ ਕਿਵੇਂ ਫਿਰ ਸਤਿਗੁਰ ਨੇ ਇਸ ਸਿੱਖ ਨੂੰ ਪਿਆਰ ਕੀਤਾ ਕਿ ਤੂੰ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਹੈ। ਫਿਰ ਬੇਨਤੀ ਕਰਦੇ ਹਾਂ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਰੀਆਂ ਥਾਵਾਂ 'ਤੇ ਸਹਾਈ ਹੋਣ ਵਾਲੇ ਆ, ਅਰਦਾਸਾਂ ਬੇਨਤੀਆਂ ਜੋੜੜੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ 'ਚ ਕਰੀਏ। ਮਾਲਕ ਜੀ ਸਾਡੇ ਜਿਹੜੇ ਕਾਰਜ ਰੁਕੇ ਹੋਏ ਨੇ, ਮਾਲਕ ਜੀ ਉਹ ਜ਼ਰੂਰ ਸੰਪੂਰਨ ਕਰਨਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਤਰ੍ਹਾਂ ਆਪਣੀ ਕੁਰਬਾਨੀ ਦਿੱਤੀ, ਅਤੇ ਇਸ ਹਿੰਦ ਦੇ ਡੁੱਬਦੇ ਬੇੜੇ ਨੂੰ ਮੇਰੇ ਮਾਲਕ ਨੇ ਆਪਣਾ ਖੂਨ ਦੇ ਕੇ ਸਤਿਗੁਰ ਨੇ ਪਾਰ ਕੀਤਾ। ਇੱਕ ਵਾਰੀ ਪੜ੍ਹ ਲਈਏ ਜੀ, ਤੇਗ ਬਹਾਦਰ ਸਿਮਰੀਐ, ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਕਰ ਨੌਨ ਦਿਆ ਵੈ ਤਾਏ, 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 ਕਰ ਨੌਨ ਦਿਆ ਵੈ ਤਾਏ,
ਸਭ ਥਾਈ ਹੋਏ ਸਹਾਇ ਕਰ ਨੌਨ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਕਰ ਨੌਨ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਕਰ ਨੌਨ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਤਿਗ ਬਹਾਦਰ ਸਿਮਰੀਐ ਗੁਰ ਤਿਗ ਬਹਾਦਰ ਸਿਮਰੀਐ ਤਿਗ ਬਹਾਦਰ ਸਿਮਰਿਐ ਤਿਗ ਬਹਾਦਰ ਸਿਮਰਿਐ ਸੋ ਗੁਰੂ ਮਾਲਕ ਨੂੰ ਜਿੱਥੇ ਯਾਦ ਕਰੋ ਬੇਨਤੀ ਕਰੋ ਤਰਲਾ ਕਰੋ ਸਤਿਗੁਰ ਜ਼ਰੂਰ ਸਾਡੀ ਬਾਂਹ ਫੜਨਗੇ ਜੀ ਗੁਰੂ ਮਾਲਕ ਜੀ ਦੀ ਸ਼ਹੀਦੀ ਦਾ ਜਿਹੜਾ ਇਹ ਪ੍ਰਸੰਗ ਸੀਗਾ ਜੀ ਸਤਿਗੁਰ ਨੇ ਇੱਥੇ ਆਪਣਾ ਸੀਸ ਦਿੱਤਾ ਜੀ ਅਤੇ ਮੇਰੇ ਮਾਲਕ ਨੇ ਇਸ ਤਰ੍ਹਾਂ ਸਤਿਗੁਰ ਜੀ ਦੀ ਸ਼ਹੀਦੀ ਹੋਈ ਜੋ ਅਗਲਾ ਸਫ਼ਰ ਹੈ ਸੀਸ ਦਾ ਕਿੱਦਾਂ ਆਨੰਦਪੁਰ ਸਾਹਿਬ ਤੱਕ ਸੀਸ ਪਹੁੰਚਦਾ ਹੈ ਇਹ ਅੱਜ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਸੰਗਤ ਦੀ ਸਰਵਣ ਕਰਿਓ ਆਓ ਇੱਕ ਵਾਰੀ ਪੰਕਤੀਆਂ ਖੇਰਦੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਧਾਰ ਪਾਰ ਧਾਰ ਸਭ ਨਰ ਨਿਹਾਰਾ ਨਹੀਂ ਸੀਸ ਲੱਖ ਕੈ ਡਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।